क्योंकि पेरेंट्स ने खुद कभी डेट नहीं किया, वह किवें समझाणगे बच्चे नूं भी तेरे अंदर फीलिंगां नूं तू किवें प्रोसैस करना। ये सानू बच्चों नूं ये दसना चाहिदा भी इट्स ओके अगर तेरा क्रश आ किसी मुंडे ते, ते मुंडे नूं कह भी जे तेरा क्रश आ किसी कुड़ी ते इट्स नैचुरल, पर अपने जिहड़ियां इमोशनस आ उहनूं तुसीं पुत कंट्रोल च रखना दोनों जणिआं ने। पर इहदा मतलब नहीं गा कि हुण इस उम्र च जिते तुसीं इन्ने डूंघे इमोशनली अटैच हो जाओ कि तुसीं विआह दीआं गल्लां करन लग जाओ। भई तुहाडा मेन मकसद की आ स्कूल च जाना, पढ़ना के रिलेशनशिप करनी। फ्रेंड्स तो कई बारी ना कुछ पेरेंट्स इन्वेस्टिगेट करन दी कोशिश करदे आ कि किस तरह दा चलदा, इहदी कोई होर वी सहेली हैगी आ। वो बच्चे एंबैरस्ड फील करदे आ कि तू मेरे फ्रेंड कोलों क्यों पुछिया। इह तां हजे माइनर गल आ, पर मैनूं बहुत सारे दसदे आ वी असीं उहदी कार च ट्रैकर लाया, उहनूं पता नहीं। सानूं इह हुंदा कि इन्नी घट उम्र दे बच्चे जिहड़े आ किते गलत ना हो जाए, टीन प्रेगनेंसी ना हो जाए। जदों 12 साल दी कुड़ी हो जांदी अपने घरां च ਉਦੋਂ ਫਾਦਰ ਇੱਕ ਸਟੈਪ ਪਿੱਛੇ ਹਟਣਾ ਸ਼ੁਰੂ ਹੁੰਦਾ, ਜਦੋਂ ਕਿ ਉਹਨੂੰ ਇੱਕ ਸਟੈਪ ਗਾਂਹ ਲੈ ਕੇ ਬੱਚੇ ਦੇ ਨਾਲ ਗੱਲ ਕਰਨੀ ਚਾਹੀਦੀ ਆ ਕੁੜੀ ਦੇ ਨਾਲ। ਫਾਦਰ ਆਪਣੀ ਕੁੜੀ ਦੇ ਨਾਲ ਬੜਾ ਵਧੀਆ ਬਿਹੇਵ ਕਰੂਗਾ, ਕੁੜੀ ਦੀ ਮਾਂ ਦੇ ਨਾਲ ਬੜੀਆ ਵਧੀਆ ਬਿਹੇਵ ਕਰੂਗਾ, ਫਿਰ ਕੁੜੀ ਨੂੰ ਪਹਿਲੀ ਵਾਰੀ ਅਹਿਸਾਸ ਹੋਊ ਵੀ ਜੇ ਮੈਂ ਕੱਲ੍ਹ ਨੂੰ ਕਿਸੇ ਮੁੰਡੇ ਦੇ ਨਾਲ ਗੱਲ ਕਰਦੀ ਹਾਂ ਤੇ ਉਹ ਮੈਨੂੰ ਯੈਲਣ ਸਕਰੀਮ ਕਰਦਾ ਵੀ ਇਹ ਤਾਂ ਬੰਦਾ ਹੀ ਪਾਗਲ ਆ। ਕਿਉਂਕਿ ਜਿਹੜੀਆਂ ਕੁੜੀਆਂ ਪਿਆਰ ਲੱਭਦੀਆਂ ਉਹ ਬਾਹਰ ਕਿਉਂ ਲੱਭਦੀਆਂ, ਕਿਉਂਕਿ ਘਰੋਂ ਉਹਨਾਂ ਨੂੰ ਮਿਲਦਾ ਹੀ ਨਹੀਂ ਕੁਛ। ਇਸੇ ਤਰ੍ਹਾਂ ਹੀ ਉਹ ਆਪਣੇ ਮੁੰਡਿਆਂ ਨੂੰ ਕੋਲ ਬਿਠਾਉਣ ਵੀ ਬੇਟੇ ਦੇਖ ਆਪਣੇ ਘਰ ਦੇ ਵਿੱਚ ਇਹ ਐਕਸੈਪਟੇਬਲ ਨਹੀਂ ਹੋਊਗਾ ਵੀ ਕੱਲ੍ਹ ਨੂੰ ਤੂੰ ਕਿਸੇ ਕੁੜੀ ਦੀ ਬੇਇੱਜ਼ਤੀ ਕਰਕੇ ਘਰ ਆ ਜਾਏ। ਪੇਰੈਂਟਸ ਦਾ ਇਹ ਸੋਚਣਾ ਕਿ ਅਸੀਂ ਬੋਡੀ ਸਾਇੰਸ ਜਾਂ ਐਡਲਟ ਐਜੂਕੇਸ਼ਨ ਬੱਚਿਆਂ ਨੂੰ ਸਕੂਲ ਦੇ ਵਿੱਚ ਅਪਰੂਵ ਕਰਾ ਕੇ ਦਵਾਤੀ ਹੈ ਤੇ ਸਾਡਾ ਤਾਂ ਕੰਮ ਹੋ ਗਿਆ। ਉਹਨਾਂ ਨੂੰ ਨਹੀਂ ਪਤਾ ਆਨਲਾਈਨ ਕੀ ਕੁਝ ਦੇਖੀ ਜਾਂਦੇ ਆ, ਬਹੁਤ ਸਾਰਾ ਪੋਰਨ ਕੰਟੈਂਟ ਅਵੇਲੇਬਲ ਹੈ। ਹੁਣ ਜਿਹੜੇ ਛੋਟੇ ਬੱਚੇ ਆ ਆਪਾਂ ਨੂੰ ਪੇਰੈਂਟਲ ਕੰਟਰੋਲ ਐਪ ਮਿਲਦੇ ਆ ਉਹ ਲਗਾ ਸਕਦੇ ਆ। ਬਚਪਨ ਤੋਂ ਆਪਾਂ ਜਵਾਨੀ ਵਾਲੇ ਪਾਸੇ ਜਿਹੜੇ ਉਹ ਕਦਮ ਧਾਰ ਲੈਂਦੇ ਹਾਂ, ਇੱਕ ਦੂਸਰੇ ਦੇ ਪ੍ਰਤੀ ਆਕਰਸ਼ਣ ਹੋਣਾ ਸ਼ੁਰੂ ਹੋ ਜਾਂਦਾ, ਓਪੋਜ਼ਿਟ ਸੈਕਸ ਪ੍ਰਤੀ ਸਾਡੀ ਖਿੱਚ ਬਣਨੀ ਸ਼ੁਰੂ ਹੋ ਜਾਂਦੀ ਹੈ। ਅਤੇ ਯੂਨੀਵਰਸਿਟੀ ਆਫ ਕੈਲਗਰੀ ਦੀ ਜਿਹੜੀ ਨਵੀਂ ਰਿਸਰਚ ਆਈ ਹੈ ਉੱਥੋਂ ਇਹ ਪਤਾ ਲੱਗਿਆ ਕਿ ਟੀਨਸ ਜੇਕਰ ਡੇਟਿੰਗ 'ਤੇ ਜਾਂਦੇ ਨੇ ਤਾਂ ਬਹੁਤਿਆਂ ਦੇ ਵਿੱਚ ਕਿਤੇ ਨਾ ਕਿਤੇ ਕਿਸੇ ਕਿਸਮ ਦੀ ਵਾਇਲੈਂਸ, ਕਿਸੇ ਕਿਸਮ ਦੀ ਹਿੰਸਾ ਜਿਹੜੀ ਹੈ ਉਹ ਜੁੜੀ ਹੋਈ ਹੈ। ਉਹਦੇ 'ਚ ਮੈਂ ਦੱਸਾਂ ਤੁਹਾਨੂੰ ਕਿ ਟੀਨ ਡੇਟਿੰਗ ਵਾਇਲੈਂਸ ਦੇ ਵਿੱਚ ਡਿਸਕ੍ਰਾਈਬ ਕੀਤਾ ਗਿਆ ਕਿ ਉਹ ਹਿੰਸਾ ਫਿਜ਼ੀਕਲ ਹੋ ਸਕਦੀ ਹੈ, ਸੈਕਸ਼ੂਅਲ ਹੋ ਸਕਦੀ ਹੈ, ਸਾਈਕੋਲੋਜੀਕਲ ਹੋ ਸਕਦੀ ਹੈ, ਜਾਂ ਫਿਰ ਇੱਕ ਬਿਹੇਵੀਅਰ ਹੁੰਦਾ ਸਟਾਕਿੰਗ ਦਾ, ਕਿਸੇ ਦਾ ਪਿੱਛਾ ਹੀ ਨਾ ਛੱਡਣਾ। ਜੇ ਸਾਹਮਣੇ ਵਾਲੇ ਨੇ ਤੁਹਾਨੂੰ ਮਨ੍ਹਾ ਕਰ ਦਿੱਤਾ, ਆਪਣੇ ਵੱਲੋਂ ਨਾ ਕਹਿ ਦਿੱਤੀ ਕਿਸੇ ਗੱਲ ਨੂੰ, ਤਾਂ ਉਹ ਗਵਾਰਾ ਨਹੀਂ, ਉਹ ਐਕਸੈਪਟ ਨਹੀਂ ਹੁੰਦੀ ਸਾਡੇ ਕੋਲੋਂ। ਉਹ ਬੱਚਿਆਂ ਨੂੰ ਨਹੀਂ ਪਤਾ ਜਿਹੜੇ ਟੀਨੇਜਰਸ ਨੇ ਕਿ ਇਸ ਨੋ ਨੂੰ ਕਿਵੇਂ ਸਵੀਕਾਰਨਾ ਹੈ। ਸੋ ਉੱਥੇ ਐਗਰੈਸ਼ਨ ਆ ਜਾਂਦਾ ਹੈ। ਡੇਟਿੰਗ ਐਂਡ ਸੈਕਸ਼ੂਅਲ ਰਿਲੇਸ਼ਨਸ਼ਿਪਸ ਅਮੰਗ ਐਡੋਲੈਸੈਂਟਸ ਇਹ ਇੱਕ ਕੰਸਰਨ ਹੈ, ਜਿਹਦੇ ਤੋਂ ਇਹ ਵੀ ਦੱਸਿਆ ਗਿਆ ਕਿ ਟੀਨ ਡੇਟਿੰਗ ਵਾਇਲੈਂਸ ਜਿਹੜੀ ਹੈ ਨਾ ਉਹ ਹਾਇਰ ਔਡਸ ਆਫ ਕਨਕਸ਼ਨ ਦੇ ਨਾਲ ਵੀ ਜੁੜੀ ਹੋਈ ਹੈ। ਇਹ ਫਸਟ ਆਫ ਇਟਸ ਕਾਇੰਡ ਸਟੱਡੀ ਜਿਹੜੀ ਆ ਪਬਲਿਸ਼ ਕੀਤੀ ਗਈ ਆ ਆਪਣੇ ਕੈਨੇਡਾ ਦੇ ਵਿੱਚ, ਅਤੇ ਇਹਦੇ ਤੋਂ ਹੀ ਅਸੀਂ ਸੋਚਿਆ ਕਿ ਸਾਡੇ ਜਿਹੜੇ ਗਰਲਸ ਐਂਡ ਨੋਨ ਬਾਇਨਰੀ ਯੂਥ ਹੈ ਉਹ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਇਹਨਾਂ ਚੀਜ਼ਾਂ ਤੋਂ। ਇਹ ਸਾਹਮਣੇ ਆਇਆ, ਐਸੋਸੀਏਟ ਪ੍ਰੋਫੈਸਰ ਨੇ ਯੂਨੀਵਰਸਿਟੀ ਆਫ ਕੈਲਗਰੀ ਦੇ ਡਿਨੈਰਾ ਐਕਸਿੰਡਰ ਕੋਟਨਸ ਸਾਈਕੋਲੋਜੀ ਡਿਪਾਰਟਮੈਂਟ ਦੇ ਨਾਲ ਉਹ ਸੰਬੰਧ ਰੱਖਦੇ ਨੇ, ਪੇਪਰ ਦੇ ਲੀਡ ਰਿਸਰਚਰ ਵੀ ਨੇ, ਅਤੇ ਉਹਨਾਂ ਨੇ ਇਹ ਗੱਲ ਕਹੀ ਕਿ ਲੋਟਸ ਆਫ ਸਟੱਡੀ ਐਸੋਸੀਏਟ ਕਰਦੀਆਂ ਨੇ ਇੰਟੀਮੇਟ ਪਾਰਟਨਰ ਵਾਇਲੈਂਸ ਹੁੰਦੀ ਹੈ ਐਡਲਟਸ ਦੇ ਵਿੱਚ, ਪਰ ਹੁਣ ਅਸੀਂ ਇਹ ਦੇਖਦੇ ਹਾਂ ਕਿ ਜੇ 'ਚ ਬਾਅਦ 'ਚ ਟਰੋਮੈਟਿਕ ਅਸਰ ਰਹਿਣ ਵਾਲੇ ਨੇ ਜਾਂ ਬ੍ਰੇਨ ਇੰਜਰੀਜ਼ ਵੀ ਰਹਿੰਦੀਆਂ ਨੇ। ਇਹ ਟੀਨੇਜਰਸ ਦੇ ਸੰਬੰਧ ਵਿੱਚ ਇੰਨਾ ਜ਼ਿਆਦਾ ਸਾਡੇ ਕੋਲ ਐਵੀਡੈਂਸ ਨਹੀਂ ਸੀਗਾ, ਪਰ ਇਹ ਸਟੱਡੀ ਸਾਡੇ ਸਾਹਮਣੇ ਕੁਛ ਰੱਖ ਰਹੀ ਹੈ ਜਿਹਦੇ ਵੱਲ ਧਿਆਨ ਦੇਣ ਦੀ ਲੋੜ ਹੈ। ਇਹ ਤਾਂ ਹੋਈ ਗੱਲ ਸਾਡੇ ਕੈਨੇਡੀਅਨ ਟੀਨੇਜਰਸ ਦੀ, ਅਤੇ ਆਪਣੇ ਅਸੀਂ ਫੈਮਿਲੀਜ਼ ਦੇ ਵਿੱਚ ਆਪਣੇ ਕਲਚਰ ਦੇ ਵਿੱਚ ਜਦੋਂ ਗੱਲ ਕਰਦੇ ਹਾਂ ਕਿ ਆਪਣੀ ਕਮਿਊਨਿਟੀ ਦੇ ਵਿੱਚ ਅਸੀਂ ਆਪਣੇ ਟੀਨ ਕਿਡਸ ਦੇ ਨਾਲ ਕਿਸ਼ੋਰ ਅਵਸਥਾ 'ਚ ਜਿਹੜੇ ਸਾਡੇ ਬੱਚੇ ਨੇ, ਜਿਹੜੇ ਐਡਲਸੈਂਟਸ ਨੇ, ਨਾ ਉਹ ਛੋਟੇ ਬੱਚੇ ਨੇ ਅਤੇ ਨਾ ਹੀ ਉਹ ਵੱਡੇ ਐਡਲਸ ਅਖਵਾਉਂਦੇ ਨੇ, ਉਸ ਉਮਰ ਵਰਗ ਦੇ ਬੱਚਿਆਂ ਦੇ ਨਾਲ ਗੱਲਬਾਤ ਅਸੀਂ ਉਹਨਾਂ ਨਾਲ ਕਰ ਸਕਦੇ ਹਾਂ ਜਾਂ ਉਹ ਸਾਨੂੰ ਦੱਸਦੇ ਆ ਕਿ ਕਿਹਨੂੰ ਡੇਟ ਕਰ ਰਹੇ ਨੇ। ਸਾਨੂੰ ਆਪ ਨੂੰ ਹੀ ਬਹੁਤ ਅਨਕੰਫਰਟੇਬਲ ਲੱਗਦਾ ਹੈ ਵਿਸ਼ਾ, ਅਤੇ ਇਸੇ ਹੀ ਸੰਬੰਧ ਦੇ ਵਿੱਚ ਅਸੀਂ ਹੋਰ ਸਮਝ ਪੈਦਾ ਕਰਨ ਵਾਸਤੇ ਆਪਣੇ ਨਾਲ ਸ਼ਾਮਲ ਕਰਨ ਜਾ ਰਹੇ ਹਾਂ ਬਹੁਤ ਹੀ ਮਾਣਯੋਗ ਬਲਦੇਵ ਮੁੱਤਾ ਜੀ, ਜਿਹੜੇ ਕਿ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਇਸ ਵੇਲੇ ਪ੍ਰੋਗਰਾਮ ਰੋਸ਼ਨੀ 'ਚ। ਤੁਹਾਨੂੰ ਜੀ ਆਇਆਂ ਆਖਦੇ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਗੁਰਪ੍ਰੀਤ ਜੀ, ਆਪਣੇ ਸਾਰੇ ਕੈਲਗਰੀ ਨਿਵਾਸੀਆਂ ਨੂੰ ਮੇਰੀ ਦੋਨੋਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ। ਬਲਦੇਵ ਜੀ, ਤੁਹਾਨੂੰ ਇਹ ਕਿੰਨੇ ਕੁ ਹੈਰਾਨੀਜਨਕ ਤੱਥ ਲੱਗਦੇ ਨੇ ਜਾਂ ਤੁਹਾਡੇ ਮੋਹਰੇ, ਕਿਉਂਕਿ ਇਦਾਂ ਦੇ ਕੇਸਿਸ ਆਉਂਦੇ ਹੀ ਰਹੇ ਨੇ ਤੇ ਤੁਹਾਨੂੰ ਪਤਾ ਕਿ ਇਹ ਹੁੰਦਾ ਆ ਆਪਣੇ ਸਮਾਜ ਦੇ ਵਿੱਚ?
ਆਪਣੀ ਦੋ ਵੱਡੀਆਂ ਮੁਸ਼ਕਲਾਂ ਆਪਣੇ ਸੱਭਿਆਚਾਰ ਦੇ ਵਿੱਚ ਸਾਹਮਣੇ ਆਉਂਦੀਆਂ ਜਦੋਂ ਆਪਾਂ ਡੇਟਿੰਗ ਦੀ ਗੱਲ ਕਰਦੇ ਹਾਂ। ਉਹਦਾ 'ਚ ਏਜ ਨਹੀਂ ਦੇਖੀ ਜਾਂਦੀ। ਕੁਝ ਪੇਰੈਂਟਸ ਤਾਂ ਆਪਣੇ ਵੱਡੇ ਬੱਚਿਆਂ ਨੂੰ ਜਿਹੜੇ ਕਿ ਐਡਲਟਸ ਬਣ ਚੁੱਕੇ ਆ ਉਹਨਾਂ ਨੂੰ ਵੀ ਡੇਟਿੰਗ ਨਹੀਂ ਕਰਨ ਦਿੰਦੇ। ਉਹ ਕਹਿੰਦੇ ਵੀ ਤੁਸੀਂ ਇੱਕ ਦੋ ਵਾਰੀ ਦੇਖ ਲਓ, ਗੱਲ ਕਰ ਲਓ, ਤੇ ਉਸ ਤੋਂ ਬਾਅਦ ਜੀ ਤੋ ਤੁਹਾਡਾ ਰੋਕਾ ਕਰ ਦਾਂਗੇ, ਉਸ ਤੋਂ ਬਾਅਦ ਤੁਸੀਂ ਵਿਆਹ ਕਰ ਲਓ, ਤੇ ਉਸ ਤੋਂ ਬਾਅਦ ਤੁਸੀਂ। ਤੋ ਉਹਨਾਂ ਦਾ ਤਾਂ ਉਸ ਲੈਵਲ ਤੇ ਹੈਗਾ ਇੱਕ ਇੱਕ ਕਾਫੀ ਵੱਡਾ ਤਬਕਾ ਜਿਹੜਾ ਕਿ ਡੇਟਿੰਗ ਨੂੰ ਸਮਝਦਾ ਹੀ ਨਹੀਂਗਾ ਵੀ ਡੇਟਿੰਗ ਕਿਸ ਚੀਜ਼ ਵਾਸਤੇ ਆ। ਫਿਰ ਉਸ ਤੋਂ ਬਾਅਦ ਕੁਝ ਦੂਜਾ ਤਬਕਾ ਆਉਂਦਾ ਜਿਹੜਾ ਕਿ ਇਹ ਮੰਨਣ ਨੂੰ ਹੀ ਨਹੀਂ ਤਿਆਰ ਕਿ ਸਾਡੇ ਜਿਹੜੇ ਹਾਈ ਸਕੂਲ ਦੇ ਬੱਚੇ ਆ ਅੰਡਰ 18, ਬਈ ਉਹ ਡੇਟਿੰਗ ਵੀ ਕਰਦੇ ਆ। 14 ਤੋਂ 18 ਸਾਲ ਤੱਕ ਦੇ ਜਿਹੜੇ ਇਰਦ ਗਿਰਦ ਬੱਚੇ ਆ, ਬਈ ਉਹ ਕਦੇ ਡੇਟਿੰਗ ਵੀ ਕਰਦੇ ਆ, ਉਹ ਇਹ ਮੰਨਣ ਨੂੰ ਹੀ ਨਹੀਂ ਤਿਆਰ। ਉਹ ਤਾਂ ਜਾਣੀ ਟੋਟਲੀ ਇਸ ਚੀਜ਼ ਨੂੰ ਕਹਿੰਦੇ ਆ ਵੀ ਨਹੀਂ 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 ਇਹ ਕੋਈ ਇਹ ਨਾ ਇਹ ਬਿਲਕੁਲ ਸਹੀ ਗੱਲ ਨਹੀਂ ਗੀ, ਦੇਰ ਇਜ਼ ਨੋ ਸੱਚ ਥਿੰਗ, ਸਾਡਾ ਬੱਚੇ ਦਾ ਸਾਨੂੰ ਪਤਾ ਉਹ ਬਿਲਕੁਲ ਨਹੀਂ ਕੁਝ ਕਰਦਾ, ਉਹ ਕਿਤੇ ਨਹੀਂ ਜਾਂਦਾ, ਰਾਈਟ। ਸੋ ਇੱਕ ਇੱਕ ਵਰਗ ਉਹ ਆ। ਤੇ ਜਦੋਂ ਕਦੋਂ ਪਤਾ ਲੱਗਦਾ ਆਪਾਂ ਨੂੰ ਬਈ ਆਪਣੀ ਕਮਿਊਨਿਟੀ ਦੇ ਵਿੱਚ ਵੀ ਡੇਟਿੰਗ ਦੇ ਨਾਲ ਜਿਹੜੀ ਹਿੰਸਾ ਹੁੰਦੀ ਆ, ਉਹਦੀਆਂ ਸਿਚੁਏਸ਼ਨਸ ਕਦੋਂ ਸਾਹਮਣੇ ਆਉਂਦੀਆਂ? ਜਦੋਂ ਕੋਈ ਬਹੁਤ ਵੱਡੀ ਘਟਨਾ ਪਰਿਵਾਰ ਦੇ ਵਿੱਚ ਵਾਪਰ ਜਾਂਦੀ ਆ, ਜਦੋਂ ਪੁਲਿਸ ਮਤਲਬ ਕਿ ਦੂਸਰੇ ਬੰਦਿਆਂ ਨੂੰ ਚਾਰਜ ਕਰਦੀ ਆ ਬਈ ਉਹਨੇ ਉਹਦੀਆਂ ਨੰਗੀਆਂ ਤਸਵੀਰਾਂ ਖਿੱਚ ਕੇ ਵਾਇਰਲ ਕਰਤੀਆਂ, ਉਦੋਂ ਫਿਰ ਪੁਲਿਸ ਇਨਵੋਲਵ ਹੁੰਦੀ ਆ, ਜਾਂ ਕੁੜੀ ਦੇ ਸਰੀਰ ਤੇ ਕੋਈ ਨਿਸ਼ਾਨ ਪੈ ਗਏ ਤਾਂ ਦੂਜੀਆਂ ਉਹਦੀਆਂ ਸਹੇਲੀਆਂ ਨੇ ਦੇਖ ਲਿਆ, ਉਹਨੇ ਜਾ ਕੇ ਆਪਣੇ ਕਾਉਂਸਲਿੰਗ ਡਿਪਾਰਟਮੈਂਟ 'ਚ ਸਕੂਲ ਦੇ ਦੱਸਤਾ ਵੀ ਉਹਨੂੰ ਲੱਗਦਾ ਵੀ ਉਹਦੇ ਬੁਆਏਫ੍ਰੈਂਡ ਨੇ ਕੁੱਟਿਆ, ਤਾਂ ਫਿਰ ਉਹਨਾਂ ਨੂੰ ਲੈ ਕੇ ਜਾਂਦੇ ਆ, ਤਾਂ ਫਿਰ ਗੱਲ ਨਿਕਲਦੀ ਆ ਬਾਹਰ। ਕਹਿਣ ਤੋਂ ਮੇਰਾ ਗੱਲ ਆ ਕਿ ਜਦ ਤੱਕ ਆਪਣੇ ਕੋਈ ਬਹੁਤ ਸੀਰੀਅਸ ਸਿਚੁਏਸ਼ਨ ਨਹੀਂ ਹੁੰਦੀ ਉਦੋਂ ਤੱਕ ਪਰਿਵਾਰ ਦੇ ਵਿੱਚ ਇਸ ਚੀਜ਼ ਦੇ ਬਾਰੇ ਡਿਸਕਸ਼ਨ ਹੀ ਨਹੀਂ ਹੁੰਦੀ। ਕੋਈ ਡਿਸਕਸ਼ਨ ਨਹੀਂ ਹੁੰਦੀ ਵੀ ਤੁਸੀਂ ਤੁਹਾਨੂੰ ਡਿਜੀਟਲ ਦੇ ਉੱਤੇ ਵੀ ਤੁਹਾਡੇ ਨਾਲ ਜਾਣੀ ਦੁਰਵਿਹਾਰ ਕੀਤਾ ਜਾ ਸਕਦਾ, ਤੁਹਾਡੇ ਨਾਲ ਸੈਕਸ਼ੂਅਲ ਦੁਰਵਿਹਾਰ ਵੀ ਕੀਤਾ ਜਾ ਸਕਦਾ, ਇਮੋਸ਼ਨਲ ਵੀ ਹੈਗਾ, ਤੁਹਾਨੂੰ ਗਾਲਾਂ ਵੀ ਕੱਢੀਆਂ ਜਾ ਸਕਦੀਆਂ, ਤੁਹਾਨੂੰ ਡਰਾਇਆ ਧਮਕਾਇਆ ਵੀ ਜਾ ਸਕਦਾ, ਤੇ ਜਿਹੜਾ ਤੁਸੀਂ ਪਹਿਲਾਂ ਮਤਲਬ ਕਿ ਇੰਟਰੋਡਕਸ਼ਨ 'ਚ ਕਿਹਾ ਸੀਗਾ ਕਿ ਤੁਹਾਨੂੰ ਸਟਾਕਿੰਗ ਵੀ ਕੀਤੀ ਜਾ ਸਕਦੀ ਆ। ਹੁਣ ਇਹਨਾਂ ਸਾਰੀਆਂ ਚੀਜ਼ਾਂ ਦੇ ਮਗਰ ਜਿਹੜੀ ਸਾਡੀ ਕਮਿਊਨਿਟੀ ਆ ਉਹ ਹਜੇ ਬਾਕੀ ਦੀਆਂ ਕਮਿਊਨਿਟੀਆਂ ਨਾਲੋਂ ਕੋਈ 10-20 ਸਾਲ ਪਿੱਛੇ ਆ ਗੱਲਾਂ ਕਰਨ ਦੇ ਵਿੱਚ, ਜਾਣੀ ਬੱਚਿਆਂ ਨੂੰ ਹਾਈ ਸਕੂਲ ਦੀ ਪ੍ਰੈਪਰੇਸ਼ਨ ਕਰਨ ਵਾਸਤੇ, ਕਿਉਂਕਿ ਜਦੋਂ ਬੱਚਾ ਗ੍ਰੇਡ 8 ਖਤਮ ਕਰਦਾ ਤੇ ਉਹਨੇ ਹਾਈ ਸਕੂਲ 'ਚ ਜਾਣਾ, ਜ਼ਮੀਨ ਅਸਮਾਨ ਦਾ ਫਰਕ ਆ ਮਿਡਲ ਸਕੂਲ ਤੋਂ ਹਾਈ ਸਕੂਲ ਦਾ, ਰਾਈਟ। ਕਿਉਂਕਿ ਹਾਈ ਸਕੂਲ ਦੇ ਵਿੱਚ 18 ਸਾਲ ਦਾ ਬੱਚਾ ਵੀ ਆ, ਹਾਈ ਸਕੂਲ 'ਚ ਇੱਕ 14-13-14 ਸਾਲ ਦਾ ਬੱਚਾ ਵੀ ਆ, ਤੋ ਇੰਨੀ ਜਦੋਂ ਉਮਰ 'ਚ ਫਰਕ ਹੁੰਦਾ ਉਦੋਂ ਜਿਹੜੇ 18 ਸਾਲ ਦੇ ਕੁੜੀਆਂ ਮੁੰਡੇ ਇੱਕ ਦੂਜੇ ਨਾਲ ਗੱਲਬਾਤ ਕਰਦੇ ਆ, ਤੇ ਜਿਹੜਾ 13-14 ਸਾਲ ਦਾ ਬੱਚਾ ਜਦੋਂ ਦੇਖਦਾ ਉਹ ਕਹਿੰਦਾ ਮੈਂ ਵੀ ਆਪਣੀ ਗਰਲਫ੍ਰੈਂਡ ਬਣਾਉਣੀ ਆ, ਕਿਉਂਕਿ 18 ਸਾਲ ਦੇ ਨੇ ਵੀ ਗਰਲਫ੍ਰੈਂਡ ਬਣਾਈ ਆ ਜਾਂ ਬੁਆਏਫ੍ਰੈਂਡ ਬਣਾਇਆ ਇਸ ਕਰਕੇ। ਪਰ ਉਹਨਾਂ ਦੀ ਹਜੇ ਮੈਚਿਓਰਿਟੀ ਤਾਂ ਹੁੰਦੀ ਨਹੀਂ, ਇੱਕ 14 ਸਾਲ ਦੇ ਬੱਚੇ ਦੀ ਕੀ ਮੈਚਿਓਰਿਟੀ ਆ, ਉਹਨੂੰ ਤਾਂ ਵਿਚਾਰੇ ਨੂੰ ਪਤਾ ਹੀ ਨਹੀਂਗਾ, ਉਹਨੂੰ ਤਾਂ ਇਹ ਚੰਗਾ ਲੱਗਦਾ ਵੀ ਉਸ ਵੱਡੇ ਦੀ ਵੀ 18-year-old ਦੀ ਵੀ ਬਣੀ ਆ, ਮੈਂ ਵੀ ਬੁਆਏਫ੍ਰੈਂਡ ਗਰਲਫ੍ਰੈਂਡ ਬਣਾ ਲੈਣਾ। ਲੇਕਿਨ ਨਾ ਉਹ ਘਰੋਂ ਕੋਈ ਸਿੱਖਦੇ ਆ, ਨਾ ਘਰ ਦੱਸ ਸਕਦੇ ਆ, ਤੇ ਉਹਨਾਂ ਦੀਆਂ ਆਹ ਜਿਹੜਾ ਰਿਲੇਸ਼ਨਸ਼ਿਪ ਹੁੰਦਾ ਇਹਦੇ 'ਚ ਬਹੁਤ ਸੀਰੀਅਸ ਜਾਣੀ ਉਹ ਬੋਥ ਸਾਈਡਸ ਮੁੰਡੇ ਤੇ ਕੁੜੀਆਂ ਇੱਕ ਦੂਸਰੇ ਨੂੰ ਗਲਤ ਵਿਵਹਾਰ ਕਰਦੇ ਆ, ਕਿਉਂਕਿ ਉਹਨਾਂ ਨੂੰ ਮੈਚਿਓਰਿਟੀ ਹੋਈ ਨਹੀਂ ਗੀ, ਉਹਨਾਂ ਦੀ ਜਿਹੜੀਆਂ ਫੀਲਿੰਗਸ ਆ ਉਹ ਹਾਈਜੈਕ ਹੋ ਜਾਂਦੀਆਂ। ਸੋ ਉਸ ਸੈਂਸ ਦੇ ਵਿੱਚ ਮੇਰਾ ਖਿਆਲ 'ਚ ਆਪਣੇ ਮਾਪਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਅਸੀਂ ਕੈਨੇਡਾ 'ਚ ਹਾਂ, ਇਹ ਬੜਾ ਨੋਰਮਲ ਆ। ਹਾਈ ਸਕੂਲ 'ਚ ਜਾ ਕੇ ਉਹ ਅਗਰ ਉਹ ਦੇਖ ਸਕਦੇ ਆ, ਪ੍ਰਿੰਸੀਪਲ ਨੂੰ ਪੁੱਛ ਕੇ ਇੱਕ ਵਾਰੀ ਕੈਫੇਟੀਰੀਆ 'ਚ ਜਾ ਕੇ ਦੇਖ ਲੈਣ ਜਦੋਂ ਲੰਚ ਹੁੰਦਾ ਹਾਈ ਸਕੂਲ ਬੱਚਿਆਂ ਦਾ, ਬਈ ਉੱਥੇ ਕੀ ਕੁਛ ਹੋ ਰਿਹਾ, ਫਿਰ ਇਹਨਾਂ ਨੂੰ ਪਤਾ ਲੱਗੂਗਾ ਵੀ ਓ ਮਾਈ ਗੋਡ ਸਾਡੇ ਬੱਚਿਆਂ ਤੇ ਇੰਨਾ ਜ਼ਿਆਦਾ ਪ੍ਰੈਸ਼ਰ ਪੈ ਰਿਹਾ, ਯਾਨੀ ਫਿਰ ਮੈਂਟਲੀ ਆਪਾਂ ਪ੍ਰਿਪੇਅਰ ਹੋਵਾਂਗੇ। ਪਰ ਕਿਉਂਕਿ ਅਸੀਂ ਹਾਈ ਸਕੂਲ 'ਚ ਜਾਂਦੇ ਨਹੀਂ, ਸਾਨੂੰ ਪਤਾ ਨਹੀਂ ਵੀ ਕਿੰਨੇ ਪ੍ਰੈਸ਼ਰ ਥੱਲੇ ਆਪਣੇ ਬੱਚੇ, ਇਸ ਕਰਕੇ ਅਸੀਂ ਸੋਚਦੇ ਹਾਂ ਵੀ ਨਹੀਂ 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 ਉਹ ਤਾਂ ਸਾਰਾ ਕੁਝ ਠੀਕ ਠਾਕ ਹੀ ਆ, ਐਵਰੀਥਿੰਗ ਇਜ਼ ਫਾਈਨ। ਸੋ ਉਸ ਸੈਂਸ ਦੇ ਵਿੱਚ ਇਹ ਪ੍ਰੋਬਲਮ ਬਹੁਤ ਜ਼ਿਆਦਾ ਆ। ਆਹ ਜਿਹੜੀ ਇਹਨਾਂ ਨੇ ਰਿਸਰਚ ਸਟੱਡੀ ਜਿਹੜੀ ਤੁਸੀਂ ਕੋਟ ਕੀਤੀ ਆ, ਇਹਦੇ 'ਚ ਉਹਨਾਂ ਨੇ ਜ਼ਿਆਦਾ ਮਤਲਬ ਕਿ ਬਾਕੀ ਦੀਆਂ ਚੀਜ਼ਾਂ ਵੀ ਦੱਸੀਆਂ, ਪਰ ਉਹਨਾਂ ਨੇ ਬੇਸਿਕਲੀ ਇਹ ਕਿਹਾ ਕਿ ਜਦੋਂ ਕੋਈ ਕੁੜੀ ਦੇ ਨਾਲ ਦੁਰਵਿਹਾਰ ਹੁੰਦਾ ਹੋਵੇ
ਜਾਂ ਬਾਈਨਰੀ ਯੂਥ ਦਾ ਮਤਲਬ ਕੋਈ ਜਾਨੀ ਲੈਸਬੀਅਨ ਐਂਡ ਗੇ ਜਾਂ ਟਰਾਂਸਜੈਂਡਰ ਬੱਚੇ ਦੇ ਨਾਲ ਕੋਈ ਦੁਰਵਿਹਾਰ ਹੁੰਦਾ ਹੋਵੇ, ਨਾਨ ਬਾਈਨਰੀ ਕੁੜੀਆਂ ਨਾਲ ਜ਼ਿਆਦਾ ਹੁੰਦਾ, ਮੁੰਡਿਆਂ ਨਾਲ ਥੋੜ੍ਹਾ ਜਿਹਾ ਘੱਟ ਹੁੰਦਾ, ਪਰ ਹੁੰਦਾ ਉਹਨਾਂ ਨਾਲ ਵੀ ਆ। ਹੁਣ ਕੁਸ਼ਚਨ ਇਹ ਪੈਦਾ ਹੁੰਦਾ ਕਿ ਆਪਣੀ ਕਮਿਊਨਿਟੀ ਇਸ ਚੀਜ਼ ਨੂੰ ਐਕਸੈਪਟ ਕਰਨ ਵਾਸਤੇ ਤਿਆਰ ਆ ਕਿ ਸਾਡੇ ਬੱਚੇ ਵੀ ਉਹਨਾਂ ਹੀ ਹਾਈ ਸਕੂਲਾਂ 'ਚ ਜਾਂਦੇ ਆ, ਉਹ ਕਿਉਂ ਨਹੀਂ ਪ੍ਰਭਾਵਿਤ ਹੋਣਗੇ। ਸੋ ਉਸ ਸੈਂਸ ਦੇ ਵਿੱਚ ਜੇ ਆਪਣੇ ਬੱਚੇ ਵੇਪ ਕਰ ਸਕਦੇ ਆ, ਮੈਰੂਆਨਾ ਸਮੋਕ ਕਰ ਸਕਦੇ ਆ, ਗੈਂਗਸ ਦੇ ਵਿੱਚ ਸ਼ਾਮਲ ਹੋ ਸਕਦੇ ਆ, ਕੁੱਟਮਾਰ ਕਰ ਸਕਦੇ ਆ, ਤਾਂ ਉਹ ਡੇਟਿੰਗ ਕਿਉਂ ਨਹੀਂ ਕਰ ਸਕਦੇ? ਇਹ ਮੈਨੂੰ ਸਮਝ ਹੀ ਨਹੀਂ ਆ ਰਿਹਾ ਵੀ ਆਪਣੀ ਕਮਿਊਨਿਟੀ ਕਿਉਂ ਨਹੀਂ ਮੰਨਣ ਨੂੰ ਤਿਆਰ, ਐਕਸੈਪਟ ਨਹੀਂ ਕਰ ਪਾਉਂਦੇ ਕਿ ਇਹ ਕੁਦਰਤੀ ਵਰਤਾਰਾ ਹੈ। ਇੱਕ ਉਮਰ ਦੇ ਵਿੱਚ ਜਾ ਕੇ ਲੜਕੀ ਲੜਕਾ ਜਿਹੜੇ ਆ ਉਹ ਇੱਕ ਦੂਸਰੇ ਦੇ ਪ੍ਰਤੀ ਜੇਕਰ ਖਿੱਚ ਹੁੰਦੀ ਆ ਉਹਨਾਂ ਦੀ, ਇਹ ਚੇਂਜਿਸ ਆ ਰਹੀਆਂ ਨੈਚੁਰਲ ਨੇ, ਉਹਨਾਂ ਦਾ ਮੁਹੱਬਤ ਦੀਆਂ ਪੀਂਘਾਂ ਝੂਟਣ ਨੂੰ ਜੀ ਕਰਦਾ ਹੈ ਇੱਕ ਦੂਸਰੇ ਦੇ ਨਾਲ, ਕਈ ਵਾਰੀ ਇੱਕ ਦੂਜੇ ਨੂੰ ਦੇਖ ਕੇ ਕਿ ਮੇਰਾ ਵੀ ਬੋਏਫ੍ਰੈਂਡ ਗਰਲਫ੍ਰੈਂਡ ਹੋਵੇ, ਜਾਂ ਕਈ ਵਾਰੀ ਇੱਦਾਂ ਕਿ ਵੀ ਅਸੀਂ ਕੂਲ ਲੱਗਦੇ ਹਾਂ ਇੱਕ ਦੂਜੇ ਦੇ ਨਾਲ ਤੁਰਦੇ ਹੋਏ, ਅਤੇ ਅਸੀਂ ਇੱਕ ਦੂਸਰੇ ਦੇ ਜੇ ਬਹੁਤ ਅੱਛੇ ਫਰੈਂਡ ਹਾਂ, ਗੂੜੇ ਫਰੈਂਡ ਹਾਂ, ਅਸੀਂ ਸ਼ਾਇਦ ਇੱਕ ਸਟੈਪ ਅੱਗੇ ਇਹਦੇ ਤੋਂ ਜਾ ਸਕਦੇ ਹਾਂ। ਅਤੇ ਇਸ ਡੇਟਿੰਗ ਦੇ ਮਾਹੌਲ ਨੂੰ ਜੇਕਰ ਤੁਸੀਂ ਸਾਨੂੰ ਸਾਰਿਆਂ ਨੂੰ ਹੀ ਸਮਝਾਉਣਾ ਹੋਵੇ ਤਾਂ ਕਿਵੇਂ ਦੱਸੋਗੇ? ਸੋ ਪਹਿਲੀ ਚੀਜ਼ ਤਾਂ ਹੈਗੀ ਆ ਕਿ ਇੱਕ ਡੇਟਿੰਗ ਦਾ ਨਾ ਇੱਕ ਪ੍ਰੋਸੈਸ ਆ, ਇੱਕ ਲੰਬਾ ਪ੍ਰੋਸੈਸ ਆ। ਉਹਦੇ ਵਿੱਚ ਪਹਿਲਾ ਜਿਹੜਾ ਪਹਿਲਾ ਪੋਰਸ਼ਨ ਆ ਡੇਟਿੰਗ ਦਾ, ਉਹਦੇ ਵਿੱਚ ਹੁੰਦਾ ਕਿ ਇੱਕ ਮੁੰਡਾ ਇੱਕ ਕੁੜੀ ਦੇ ਨਾਲ ਗੱਲਬਾਤ ਹੀ ਸਿਰਫ ਕਰਦਾ, ਉਹ ਹਜੇ ਫਰੈਂਡਸ ਆ, ਉਹ ਗਰਲਫ੍ਰੈਂਡ ਬੋਏਫ੍ਰੈਂਡ ਨਹੀਂ ਬਣੇ। ਉਹ ਤੋਂ ਬਾਅਦ ਇੱਕ ਸੈਕੰਡ ਸਟੇਜ ਆਉਂਦੀ ਆ ਜਿੱਥੇ ਉਹ ਥੋੜ੍ਹਾ ਜਿਹਾ ਹੋਰ ਇੱਕ ਦੂਸਰੇ ਨੂੰ ਜਾਣਦੇ ਆ, ਅਤੇ ਇੱਕ ਦੂਸਰੇ ਨਾਲ ਤਕਰੀਬਨ ਜ਼ਿਆਦਾ ਗੱਲਬਾਤ ਉਹ ਇੱਕ ਦੂਜੇ ਨਾਲ ਹੀ ਕਰਦੇ ਆ। ਫਿਰ ਥਰਡ ਸਟੇਜ ਆਉਂਦੀ ਆ ਜਦੋਂ ਉਹ ਇੱਕ ਦੂਜੇ ਨੂੰ ਕਹਿੰਦੇ ਆ ਨਾਉ ਵੀ ਆਰ ਗੋਇੰਗ ਸਟੈਡੀ। ਚੌਥੀ ਸਟੇਜ ਆਉਂਦੀ ਆ ਵੀ ਹੁਣ ਤੂੰ ਕਿਸੇ ਹੋਰ ਕੁੜੀ ਕੰਨੀ ਨਹੀਂ ਦੇਖਣਾ ਅਤੇ ਮੈਂ ਕਿਸੇ ਹੋਰ ਮੁੰਡੇ ਕੰਨੀ ਨਹੀਂ ਦੇਖਣਾ। ਪੰਜਵੀਂ ਸਟੇਜ ਆਉਂਦੀ ਆ ਜਦੋਂ ਉਹ ਇੱਕ ਦੂਜੇ ਨੂੰ ਗਿਫਟਸ ਦਿੰਦੇ ਆ ਅਤੇ ਆਪਣਾ ਪ੍ਰੋਮਿਸ ਕਰਦੇ ਆ ਵੀ ਅਸੀਂ ਹੁਣ ਗਰਲਫ੍ਰੈਂਡ ਬੋਏਫ੍ਰੈਂਡ ਹਾਂ ਅਤੇ ਅਸੀਂ ਹੁਣ ਇੱਕ ਦੂਸਰੇ ਨਾਲ ਮੂਵੀ ਦੇਖਣ ਜਾਵਾਂਗੇ, ਇੱਕ ਦੂਜੇ ਨਾਲ ਗੱਲਬਾਤ ਕਰਾਂਗੇ। ਇਸ ਤਰ੍ਹਾਂ ਕਰਕੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਟੀਨਏਜ ਦੀਆਂ ਡੇਟਿੰਗ ਦੀਆਂ ਸਟੇਜਿਸ ਆ। ਹੁਣ ਜਿਹੜੀ ਛੋਟੀ ਉਮਰ 'ਚ ਜਦੋਂ ਬੱਚਾ ਡੇਟ ਕਰਦਾ 14-15 ਸਾਲ ਦਾ, ਉਹਨੂੰ ਪਤਾ ਨਹੀਂ ਹੁੰਦਾ ਵੀ ਮੈਂ ਆਪਣੇ ਇਸ ਰਿਲੇਸ਼ਨਸ਼ਿਪ 'ਚ ਕਿਹੜੇ ਪੜਾਅ 'ਤੇ ਪਹੁੰਚ ਗਿਆ ਅਤੇ ਮੈਂ ਹੁਣ ਕਿਸੇ ਹੋਰ ਕੁੜੀ ਜਾਂ ਮੁੰਡੇ ਨਾਲ ਗੱਲ ਨਹੀਂ ਕਰ ਸਕਦਾ ਜਾਂ ਕਰ ਸਕਦੀ। ਉਹ ਜਦੋਂ ਹੋ ਜਾਂਦਾ ਤਾਂ ਫਿਰ ਉਹ ਮੁੰਡਾ ਗੁੱਸੇ ਹੋ ਜਾਂਦਾ ਜਾਂ ਕੁੜੀ ਗੁੱਸੇ ਹੋ ਜਾਂਦੀ ਆ, ਫਿਰ ਉਹਨਾਂ ਦੀ ਖਿੱਚੋ ਤਾਣ ਹੋ ਜਾਂਦੀ ਆ, ਫਿਰ ਉਹ ਗੁੱਸੇ 'ਚ ਕਿਉਂਕਿ ਇਮੋਸ਼ਨਾਂ ਉਹਨਾਂ ਤੋਂ ਕੰਟਰੋਲ ਨਹੀਂ ਹੁੰਦੀਆਂ, ਫਿਰ ਉਹ ਕੋਈ ਨਾ ਕੋਈ ਹਰਕਤ ਕਰ ਦਿੰਦੇ ਆ ਅਤੇ ਟਰਬਲ 'ਚ ਆ ਜਾਂਦੇ ਆ। ਸੋ ਇਹਦਾ ਮਤਲਬ ਆ ਕਿ ਪੇਰੈਂਟਸ ਨੂੰ ਨਾ ਤਾਂ ਸਿਰਫ ਇਸ ਚੀਜ਼ 'ਤੇ ਗੱਲ ਕਰਨੀ ਚਾਹੀਦੀ ਆ ਵੀ ਤੁਹਾਡਾ ਮੇਨ ਮਕਸਦ ਕੀ ਆ ਸਕੂਲ 'ਚ ਜਾਣਾ, ਪੜ੍ਹਨਾ ਕਿ ਰਿਲੇਸ਼ਨਸ਼ਿਪ ਕਰਨੀ। ਹਾਂ, ਤੁਸੀਂ ਗੱਲਬਾਤ ਕਰਨੀ ਆ, ਬਿਲਕੁਲ ਗੱਲਬਾਤ ਕਰੋ, ਲੇਕਿਨ ਇੱਕ ਲਿਮਿਟ 'ਚ ਰਹਿ ਕੇ। ਉਹ ਜਿਹੜੀ ਲਿਮਿਟ ਆ ਉਹ ਚੀਜ਼ ਸਿਖਾਉਣੀ ਪੈਂਦੀ ਆ ਟੀਨੇਜਰਸ ਨੂੰ ਵੀ ਲਿਮਿਟ ਕਿਵੇਂ ਮੈਨਟੇਨ ਕਰਨੀ ਆ, ਖਾਸ ਕਰਕੇ ਜਿਹਦੇ 'ਚ ਸਾਡੀਆਂ ਇਮੋਸ਼ਨਸ ਜੁੜੀਆਂ ਹੋਈਆਂ ਜੀ। ਉਹ ਕਿਉਂਕਿ ਪੇਰੈਂਟਸ ਨੇ ਖੁਦ ਕਦੇ ਡੇਟ ਨਹੀਂ ਕੀਤਾ, ਉਹ ਕਿਵੇਂ ਸਮਝਾਉਣਗੇ ਬੱਚੇ ਨੂੰ ਵੀ ਤੇਰੇ ਅੰਦਰ ਫੀਲਿੰਗਾਂ ਨੂੰ ਤੂੰ ਕਿਵੇਂ ਪ੍ਰੋਸੈਸ ਕਰਨਾ। ਨਾ ਹੀ ਉਹ ਕਿਸੇ ਮਾਹਰ ਕੋਲੇ ਜਾਂਦੇ ਆ ਵੀ ਜੇ ਸਾਡਾ 14 ਸਾਲ ਦਾ 15 ਸਾਲ ਦੀ ਕੁੜੀ ਜਾਂ ਮੁੰਡਾ ਡੇਟਿੰਗ ਕਰੇ ਤਾਂ ਅਸੀਂ ਬੱਚੇ ਦੇ ਨਾਲ ਕੀ ਗੱਲ ਕਰੀਏ, ਕਿਵੇਂ ਗੱਲ ਕਰੀਏ, ਅਸੀਂ ਉਹਨੂੰ ਕੀ ਕਹੀਏ ਵੀ ਕਰੇ ਕਿ ਨਾ ਕਰੇ। ਜੇ ਅਸੀਂ ਕਹਿੰਦੇ ਹਾਂ ਕਰੇ ਤਾਂ ਸਾਨੂੰ ਤਾਂ ਖੁਦ ਨਹੀਂ ਪਤਾ ਵੀ ਅਸੀਂ ਉਹਨੂੰ ਕੀ ਬ੍ਰੇਕਾਂ ਲਾਉਣ ਵਾਸਤੇ ਕਿਵੇਂ ਕਵਾਂਗੇ ਬਈ ਤੂੰ ਇਹ ਜ਼ਿਆਦਾ ਐਕਸੀਡ ਨਹੀਂ ਕਰਨਾ, ਤੇਰੀ ਆ ਬਾਉਂਡਰੀ ਆ। ਤੇ ਜੇ ਅਸੀਂ ਕਹਿੰਦੇ ਹਾਂ ਨਹੀਂ ਕਰਨਾ ਤਾਂ ਉਹ ਕਹਿੰਦਾ ਚੰਗਾ ਜੀ ਅਸੀਂ ਨਹੀਂ ਕਰਦੇ, ਪਰ ਚੁੱਪ ਕਰਕੇ ਕਰ ਲੂਗਾ, ਫਿਰ ਵੀ ਪ੍ਰੋਬਲਮ ਆਜੂਗੀ। ਆਪਣੇ ਕੋਲੇ ਕੋਈ ਸਿਸਟਮ ਨਹੀਂ ਗਾ ਆਪਣੀ ਕਮਿਊਨਿਟੀ 'ਚ ਜਿਹਦੇ ਨਾਲ ਕਿ ਆਪਾਂ ਇਹ ਦੇਖ ਕੇ ਗੱਲ ਕਰ ਸਕੀਏ ਬੱਚੇ ਦੇ ਨਾਲ ਬੈਠ ਕੇ ਕਿ ਆਹ ਇਹਦੇ ਕੌਨਸੀਕੁਐਂਸਿਸ ਵੀ ਆ। ਜੇ ਤੈਨੂੰ ਲੱਗਦਾ ਕਿ ਮੈਂ ਟੌਰ ਮਾਰਨੀ ਆ ਹਾਈ ਸਕੂਲ ਦੇ ਵਿੱਚ ਗ੍ਰੇਡ 9 ਜਾਂ 10 ਚ ਵੀ ਮੇਰੇ ਕੋਲੇ ਗਰਲਫ੍ਰੈਂਡ ਬੋਏਫ੍ਰੈਂਡ ਆ, ਤਾਂ ਉਹਦੀ ਤੈਨੂੰ ਕੀਮਤ ਵੀ ਚੁਕਾਉਣੀ ਪਊਗੀ, ਕਿਉਂਕਿ ਤੇਰਾ ਟਾਈਮ ਬਹੁਤ ਜਾਊਗਾ ਇੱਕ ਦੂਜੇ ਨਾਲ ਗੱਲ ਕਰਨ ਦੇ, ਉਹ ਸੋਸ਼ਲ ਮੀਡੀਆ 'ਤੇ ਹੋਣਗੇ ਅਤੇ ਫਿਰ ਤੇਰੀਆਂ ਕੌਨਫਲਿਕਟ ਹੋਜੂ ਵੀ ਤੂੰ ਉਹ ਹੱਸ ਕੇ ਉਹਨੂੰ ਕਿਉਂ ਜਵਾਬ ਦਿੱਤਾ, ਮਤਲਬ ਕਿ ਨਿੱਕੀਆਂ ਨਿੱਕੀਆਂ ਗੱਲਾਂ 'ਤੇ ਤੂੰ ਉੱਥੇ ਆਹ ਕੱਪੜੇ ਕਿਉਂ ਪਾ ਕੇ ਆਈ ਆ, ਤੂੰ ਉਹਦੇ ਨਾਲ ਕਿਉਂ ਖੜੀ ਗੱਲਾਂ ਕਰਦੀ ਸੀ ਹਾਲ ਵਿੱਚ ਜਦੋਂ ਕਿ ਤੂੰ ਮੈਨੂੰ ਕਹਿੰਦੀ ਆ ਮੈਂ ਤੇਰੀ ਗਰਲਫ੍ਰੈਂਡ ਆ ਜਾਂ ਬੋਏਫ੍ਰੈਂਡ ਆ। ਆਹ ਜਿਹੜੀਆਂ ਸਾਰੀਆਂ ਪ੍ਰੋਬਲਮਸ ਇਮਰਜ ਹੁੰਦੀਆਂ ਇਹ ਲੈਕ ਆਫ ਮਚਿਓਰਿਟੀ ਨਾਲ ਹੁੰਦੀਆਂ। ਗੋਰਿਆਂ ਦੇ ਕਲਚਰ ਦੇ ਵਿੱਚ ਉਹਨਾਂ ਦੇ ਮਾਵਾਂ ਅਤੇ ਉਹਨਾਂ ਦੇ ਜਿਹੜੇ ਫਾਦਰਸ ਆ ਉਹ ਬੱਚੇ ਨੂੰ ਪ੍ਰਿਪੇਅਰ ਕਰ ਦਿੰਦੇ ਆ ਵੀ ਤੇਰੇ ਨਾਲ ਆਹ ਹੋਣ ਵਾਲਾ,
ਇਸ ਕਰਕੇ ਤੂੰ ਇਹਨਾਂ ਨੂੰ ਆਏ ਮੈਨੇਜ ਕਰੀ। ਠੀਕ ਹੈ। ਆਪਣੇ ਕਲਚਰ ਚ ਤਾਂ ਫਿਰ ਤੁਹਾਨੂੰ ਪਤਾ ਹੀ ਆ ਵੀ ਆਪਾਂ ਤਾਂ ਗੱਲਾਂ ਹੀ ਨੀ ਕਦੇ ਕਰਦੇ ਵੀ ਹਾਂ ਵੀ ਇਹ ਵੀ ਕੋਈ ਚੀਜ਼ ਆ। ਸੋ ਉਸ ਕਰਕੇ ਆਪਣੇ ਕਮਿਊਨਿਟੀ ਦੇ ਵਿੱਚ ਇਹ ਜ਼ਿਆਦਾ ਪ੍ਰੋਬਲਮਸ ਆ ਬਜਾਏ ਇਸ ਤੇ ਕਿ ਆਪਾਂ ਕਹੀਏ ਵੀ ਨਹੀਂ ਸਾਡੀ ਕਮਿਊਨਿਟੀ ਚ ਘੱਟ ਆ। ਠੀਕ। ਸਾਡੇ ਵਾਸਤੇ ਡੇਟਿੰਗ ਦਾ ਡੈਫੀਨੇਸ਼ਨ ਜਿਹੜੀ ਆ ਉਹ ਕੰਪਲੀਟਲੀ ਡਿਫਰੈਂਟ ਹੈ। ਸਾਨੂੰ ਇਹ ਹੁੰਦਾ ਕਿ ਇੰਨੀ ਘੱਟ ਉਮਰ ਦੇ ਬੱਚੇ ਜਿਹੜੇ ਆ ਕਿਤੇ ਗਲਤ ਨਾ ਹੋ ਜਾਣ, ਗਲਤ ਰਾਹੇ ਨਾ ਪੈ ਜਾਣ, ਕਿਤੇ ਟੀਨ ਪ੍ਰੈਗਨੈਂਸੀ ਨਾ ਹੋ ਜਾਏ, ਇਸ ਤਰ੍ਹਾਂ ਦੇ ਫਿਕਰ ਸਾਨੂੰ ਸਤਾਉਂਦੇ ਆ ਕਿ ਮੇਰੇ ਘਰ ਮਿਹਣਾ ਨਾ ਕੋਈ ਆ ਜਾਏ। ਕਿਵੇਂ ਤੁਸੀਂ ਵੇਖਦੇ ਹੋ ਇਹਨੂੰ? ਜੀ ਬਿਲਕੁਲ ਸਹੀ ਆ, ਕਿਉਂਕਿ ਸਾਰਿਆਂ ਨਾਲੋਂ ਪਹਿਲੀ ਤਾਂ ਇਹੀ ਮਾਪਿਆਂ ਨੂੰ ਫਿਕਰ ਹੁੰਦਾ ਹੈ ਨਾ ਵੀ ਸਾਡੇ ਖਾਨਦਾਨ ਦੀ ਬੇਇੱਜ਼ਤੀ ਹੋਜੂਗੀ, ਕੁੜੀ ਦਾ ਵਿਆਹ ਨਹੀਂ ਹੋਣਾ, ਲੋਕ ਬਦਨਾਮੀਆਂ ਕਰਨਗੇ, ਇਹ ਸਾਰਾ ਕੁਛ ਆਪਣੇ ਸਾਹਮਣੇ ਆ ਜਾਂਦਾ। ਜਾਣੀ ਕੁਸ਼ਚਨ ਇਹ ਪੈਦਾ ਹੁੰਦਾ ਕਿ ਆਪਾਂ ਜਿਹੜੀ ਚੀਜ਼ ਮੈਂ ਆਪਣੀ ਕਮਿਊਨਿਟੀ ਨੂੰ ਇਹ ਦੱਸਣੀ ਚਾਹੁੰਦਾ ਵੀ ਆਪਾਂ ਪਹਿਲਾਂ ਇੱਕ ਚੀਜ਼ ਕਲੀਅਰ ਕਰ ਲਈਏ ਵੀ ਜੇ ਅਸੀਂ ਆਪਣੇ ਬੱਚਿਆਂ ਨੂੰ ਜਾਗਰੂਕ ਕਰਾਂਗੇ ਕਿ ਜੇ ਤੁਸੀਂ ਇਹੋ ਜਿਹੇ ਰਿਲੇਸ਼ਨਸ਼ਿਪ 'ਚ ਪੈਣਾ 14-15 ਸਾਲ ਦੀ ਉਮਰ 'ਚ, ਉਹਦੇ ਨੁਕਸਾਨ ਕੀ ਆ, ਕੀ ਅਸੀਂ ਇਹ ਚੀਜ਼ਾਂ ਜਦੋਂ ਅਸੀਂ ਗੱਲ ਕਰਾਂਗੇ ਉਹਦਾ ਫਾਇਦਾ ਹੋਊਗਾ ਸਾਡੇ ਬੱਚਿਆਂ ਨੂੰ ਕਿ ਨੁਕਸਾਨ ਹੋਊਗਾ। ਬਹੁਤੇ ਮਾਪੇ ਜਿਨ੍ਹਾਂ ਨਾਲ ਵੀ ਮੈਂ ਗੱਲ ਕੀਤੀ ਅੱਜ ਤੱਕ ਉਹ ਇਹ ਕਹਿੰਦੇ ਆ ਵੀ ਇਹ ਗੱਲ ਨਹੀਂ ਕਰਨੀ ਚਾਹੀਦੀ, ਇਹਦਾ ਨੁਕਸਾਨ ਹੁੰਦਾ ਬੱਚੇ ਨੂੰ, ਕਿਉਂਕਿ ਪਹਿਲੀ ਵਾਰੀ ਬੱਚੇ ਨੂੰ ਇਹ ਪਤਾ ਲੱਗਦਾ ਉਹ ਅੱਛਾ ਅਸੀਂ ਸੈਕਸ ਕਰ ਸਕਦੇ ਹਾਂ, ਜਿਵੇਂ ਕਿ ਉਹਨਾਂ ਕੋਲੇ ਕਦੇ ਸੈੱਲਫੋਨ ਆਇਆ ਹੀ ਨਹੀਂ ਤੇ ਉਹਨਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ, ਉਹ ਤਾਂ ਕਿਤੇ ਜੰਗਲ 'ਚ ਰਹਿੰਦੇ ਆ, ਉਹਨਾਂ ਨੂੰ ਕੋਈ ਇਹੋ ਜਿਹੀਆਂ ਚੀਜ਼ਾਂ ਦਾ ਨਹੀਂ ਪਤਾ ਲੱਗਿਆ। ਇੱਕ ਪ੍ਰੋਬਲਮ ਆਪਣੀ ਕਮਿਊਨਿਟੀ 'ਚ ਇਹ ਆ ਕਿ ਅਸੀਂ ਇਸ ਚੀਜ਼ ਦੀ ਹਜੇ ਕਲੀਅਰ ਕੱਟ ਡਿਸੀਜਨ ਨਹੀਂ ਲੈ ਪਾਏ ਕਿ ਸਾਨੂੰ ਬੱਚਿਆਂ ਨਾਲ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਆ, ਇਹ ਸਾਨੂੰ ਬੱਚਿਆਂ ਨੂੰ ਇਹ ਦੱਸਣਾ ਚਾਹੀਦਾ ਵੀ ਇਟਸ ਓਕੇ ਅਗਰ ਤੇਰਾ ਕਰਸ਼ ਆ ਕਿਸੇ ਮੁੰਡੇ ਤੇ ਮੁੰਡੇ ਨੂੰ ਕਿਹਾ ਵੀ ਜੇ ਤੇਰਾ ਕਰਸ਼ ਆ ਕਿਸੇ ਕੁੜੀ ਤੇ, ਇਟਸ ਨੈਚੁਰਲ, ਪਰ ਆਪਣੇ ਜਿਹੜੀਆਂ ਇਮੋਸ਼ਨਸ ਆ ਉਹਨੂੰ ਤੁਸੀਂ ਪੁੱਤ ਕੰਟਰੋਲ 'ਚ ਰੱਖਣਾ, ਦੋਨਾਂ ਜਣਿਆਂ ਨੇ, ਕੁੜੀ ਨੇ ਵੀ ਕੰਟਰੋਲ 'ਚ ਰੱਖਣਾ, ਮੁੰਡੇ ਨੇ ਵੀ ਕੰਟਰੋਲ 'ਚ ਰੱਖਣਾ। ਠੀਕ ਆ, ਤੁਸੀਂ ਗੱਲ ਕਰਦੇ ਹੋ, ਤੁਸੀਂ ਸਕੂਲ 'ਚ ਪੜ੍ਹਦੇ ਹੋ, ਤੁਹਾਡੇ ਨਾਲ ਤੁਹਾਡੀ ਅਸਾਈਨਮੈਂਟਸ ਵੀ ਹੋ ਸਕਦੀਆਂ, ਤੁਸੀਂ ਪ੍ਰੋਜੈਕਟਸ ਵੀ ਕਰ ਸਕਦੇ ਹੋ, ਤੁਸੀਂ ਸਾਰਾ ਕੁਛ ਕਰ ਸਕਦੇ ਹੋ, ਪਰ ਇਹਦਾ ਮਤਲਬ ਨਹੀਂ ਗਾ ਕਿ ਹੁਣ ਇਸ ਉਮਰ 'ਚ 16 ਸਾਲ ਦੀ ਉਮਰ ਦੇ ਵਿੱਚ ਤੇ ਤੁਸੀਂ ਇੰਨੇ ਡੂੰਘੇ ਇਮੋਸ਼ਨਲੀ ਅਟੈਚ ਹੋ ਜਾਓ ਕਿ ਤੁਸੀਂ ਵਿਆਹ ਦੀਆਂ ਗੱਲਾਂ ਕਰਨ ਲੱਗ ਜਾਓ। ਕਿਉਂਕਿ ਰੀਸਰਚ ਸਟੱਡੀਜ਼ ਇਹ ਕਹਿੰਦੀਆਂ ਕਿ ਜੇ ਬੱਚੇ ਦਾ ਵਿਆਹ 21 ਸਾਲ ਦੇ ਇਰਦ ਗਿਰਦ ਹੋ ਜਾਵੇ, ਕੁਛ ਸਾਲ ਥੱਲੇ ਕੁਛ ਸਾਲ ਉੱਤੇ, ਉਹ ਵਿਆਹ ਫਿਰੇ ਨਹੀਂ ਚੜ੍ਹਦਾ, ਉਹਦੇ ਬਹੁਤ ਜ਼ਿਆਦਾ ਚਾਂਸ ਹੋ ਜਾਂਦੇ ਆ ਕਿ ਉਹ ਡਿਵੋਰਸ ਹੋ ਜਾਊਗਾ, ਕਿਉਂਕਿ ਉਹ ਮੈਚਿਓਰਿਟੀ 'ਚ ਨਹੀਂ ਹੋਇਆ ਹੁੰਦਾ। ਹਜੇ ਬੱਚਿਆਂ ਨੇ ਦੋਨੋਂ ਜਣਿਆਂ ਨੇ ਮੈਚਿਓਰ ਹੋਣਾ, ਉਹ ਜਦੋਂ ਮੈਚਿਓਰ ਹੋ ਜਾਂਦੀ ਆ ਉਹਨਾਂ ਦੇ ਤਾਂ ਖਿਆਲਾਤ ਹੀ ਬਦਲ ਜਾਂਦੇ ਆ। ਬਿਲਕੁਲ। ਤੇ ਜਦੋਂ 18 ਸਾਲ ਦੇ ਸੀ ਉਦੋਂ ਤਾਂ ਹਵਾਈ ਪਲਾਓ ਬਣਾਏ ਹੋਏ ਸੀ, ਅਸੀਂ ਆਏ ਕਰਾਂਗੇ, ਅਸੀਂ ਆਏ ਕਰਾਂਗੇ, ਹੁਣ ਉਹ ਹੋ ਗਏ 25-25 ਸਾਲ ਦੇ, ਹੁਣ ਉਹ ਕਹਿੰਦੇ ਨਹੀਂ ਮੈਂ ਤਾਂ ਜੀ ਫਲਾਨੀ ਜਗ੍ਹਾ ਤੇ ਜਾਣਾ, ਉਹ ਕਹਿੰਦੀ ਨਹੀਂ ਤੂੰ ਜਾ ਨਹੀਂ ਸਕਦਾ, ਤੇ ਉਦੋਂ ਉਹਨਾਂ ਦਾ ਡਿਵੋਰਸ ਹੋ ਜਾਂਦਾ। ਸੋ ਇਹੋ ਜਿਹੀਆਂ ਜਿਹੜੀਆਂ ਆਪਾਂ ਡਿਸਕਸ਼ਨਸ ਕਰਨੀਆਂ ਬੱਚਿਆਂ ਨੂੰ, ਉਦੋਂ ਜਦੋਂ ਆਪਾਂ ਇਹ ਡਿਸਕਸ਼ਨਸ ਕਰਾਂਗੇ ਉਦੋਂ ਆਪਾਂ ਨੂੰ ਇਹ ਕਲੈਰਿਟੀ ਹੋਊਗੀ ਕਿ ਆਪਾਂ ਬੱਚੇ ਨੂੰ ਬਿਠਾਈਏ, ਬਿਠਾ ਕੇ ਦੱਸੀਏ ਕਿ ਰਿਸ਼ਤਾ ਹੁੰਦਾ ਕੀ ਆ, ਰਿਸ਼ਤੇ ਦੇ ਵਿੱਚ ਟਾਈਮ ਜਾਂਦਾ ਤਾਂ ਰਿਸ਼ਤਾ ਕਾਇਮ ਹੁੰਦਾ, ਰਿਸ਼ਤੇ ਦੇ ਵਿੱਚ ਸਾਡੀਆਂ ਜਜ਼ਬਾਤ ਪੈਂਦੇ ਆ ਤਾਂ ਰਿਸ਼ਤਾ ਕਾਇਮ ਹੁੰਦਾ, ਰਿਸ਼ਤਾ ਡਿਮਾਂਡ ਕਰਦਾ ਕਿ ਅਸੀਂ ਦੂਸਰੇ ਨਾਲ ਗੱਲਬਾਤ ਕਰੀਏ, ਚੌਥੀ ਚੀਜ਼ ਰਿਸ਼ਤਾ ਡਿਮਾਂਡ ਕਰਦਾ ਕਿ ਅਸੀਂ ਆਪਣੇ ਆਪ ਨੂੰ ਵਲਨਰੇਬਲ ਬਣਾਈਏ, ਇਹਦਾ ਮਤਲਬ ਅਸੀਂ ਆਪਣੇ ਬਾਰੇ ਦੱਸੀਏ। ਹੁਣ ਜੇ 2 ਸਾਲਾਂ ਬਾਅਦ, ਮੈਂ ਹੁਣ 16 ਸਾਲ ਤਾਂ, 18 ਸਾਲ ਬਾਅਦ ਕੁੜੀ ਨੇ ਆਪਣਾ ਡਿਸਕਲੋਜ਼ ਕਰਤਾ, ਉਹ ਇਨਫੋਰਮੇਸ਼ਨ ਮੁੰਡੇ ਕੋਲੇ ਚਲੇਗੀ, 18 ਸਾਲ ਦੇ ਮੁੰਡੇ ਨੇ ਉਹ ਹੁਣ ਇਨਫੋਰਮੇਸ਼ਨ ਤੁਹਾਡੇ ਖਿਲਾਫ਼ ਯੂਜ਼ ਕਰਤੀ, ਤੇ ਤੁਸੀਂ ਕੀ ਖੱਟਿਆ ਉਸ ਰਿਲੇਸ਼ਨਸ਼ਿਪ ਚੋਂ? ਲੇਕਿਨ ਜੇ ਆਪਾਂ ਦੱਸਾਂਗੇ ਨਹੀਂ ਬੱਚਿਆਂ ਨੂੰ, ਉਹਨਾਂ ਨੂੰ ਕਿਵੇਂ ਪਤਾ ਲੱਗੂਗਾ ਕਿ ਰਿਲੇਸ਼ਨਸ਼ਿਪ ਕਿਵੇਂ ਮਜ਼ਬੂਤ ਹੁੰਦਾ? ਇਸ ਕਰਕੇ ਇਹ ਬਹੁਤ ਇੰਪੋਰਟੈਂਟ ਆ ਕਿ ਪਹਿਲੀ ਚੀਜ਼ ਮਾਪੇ ਇਹ ਮੰਨਣ ਕਿ ਸਾਨੂੰ ਗੱਲ ਕਰਨ ਦੀ ਲੋੜ ਆ, ਬੱਚਿਆਂ ਨੂੰ ਆਲਰੇਡੀ ਸੋਸ਼ਲ ਮੀਡੀਆ ਤੋਂ ਪਤਾ, ਉਹਨਾਂ ਨੂੰ ਸਕੂਲਾਂ ਦੇ ਵਿੱਚ ਦੱਸਿਆ ਜਾਂਦਾ ਪ੍ਰੈਗਨੈਂਸੀ ਕੀ ਹੁੰਦੀ ਆ, ਕਿਵੇਂ ਹੁੰਦੀ ਆ, ਇਹਦੀ ਜ਼ਿੰਮੇਵਾਰੀ ਕੀ ਆ, ਹਰ ਇੱਕ ਬੱਚੇ ਨੂੰ, ਮੁੰਡੇ ਨੂੰ ਤੇ ਕੁੜੀ ਨੂੰ ਪੜ੍ਹਾਇਆ ਜਾਂਦਾ। ਸੋ ਇਹ ਤਾਂ ਆਪਾਂ ਮੰਨ ਹੀ ਨਹੀਂ ਸਕਦੇ ਕਿ ਕੈਨੇਡਾ ਦੇ ਗ੍ਰੇਡ 10 ਤੋਂ ਲੈ ਕੇ ਤੇ 12 ਤੱਕ ਬੱਚੇ ਸਕੂਲ ਹਾਈ ਸਕੂਲ 'ਚ ਵੀ ਜਾਣ, ਲੇਕਿਨ ਉਹ ਭੋਲੇ ਹੋਣ, ਉਹਨਾਂ ਨੂੰ ਤਾਂ ਪਤਾ ਹੀ ਨਾ ਹੋਵੇ ਵੀ ਜਨਾਨੀ ਕੀ ਹੁੰਦੀ ਆ, ਇਹ ਕਿਵੇਂ ਹੋ ਜਾਊਗਾ?
ਤੇ ਉਹਨੂੰ ਜਾਂ ਕੁੜੀ ਨੂੰ ਇਹ ਨਾ ਪਤਾ ਹੋਵੇ ਮੁੰਡਾ ਕੀ ਆ, ਉਹਨੂੰ ਵੀ ਇਹ ਤਾਂ ਹੋ ਹੀ ਨਹੀਂ ਸਕਦਾ। ਲੇਕਿਨ ਅਸੀਂ ਆਪਣੀ ਅਗਰ ਅੱਖਾਂ ਬੰਦ ਕਰਨੀਆਂ ਤਾਂ ਉਹ ਇੱਕ ਵੱਖਰੀ ਗੱਲ ਆ, ਪਰ ਰਿਐਲਿਟੀ ਦੇ ਵਿੱਚ ਇਹ ਟਰੂ ਨਹੀਂ ਗਾ। ਸੈਕੰਡ ਚੀਜ਼ ਆ ਕਿ ਆਪਾਂ ਨੂੰ ਐਜ਼ ਏ ਪੇਰੈਂਟਸ ਆਪਾਂ ਨੂੰ ਇਹ ਦੱਸਣਾ ਚਾਹੀਦਾ ਬੱਚੇ ਨੂੰ ਕਿ ਰਿਲੇਸ਼ਨਸ਼ਿਪ ਦੇ ਵਿੱਚ ਬਹੁਤ ਜ਼ਿਆਦਾ ਇਨਵੈਸਟਮੈਂਟ ਪਾਉਣੀ ਪੈਂਦੀ ਆ। ਜਿਵੇਂ ਸਾਗ ਬਣਾਉਣ ਦੇ ਵਿੱਚ 5-6 ਘੰਟੇ ਲੱਗਦੇ ਆ ਨਾ, ਦਾਲ ਧਰਨ ਨੂੰ ਸੌਖਾ ਹੁੰਦਾ, ਇਹ ਸਾਗ ਬਣਾਉਣ ਵਾਲਾ ਕੰਮ ਆ। ਇਹਦੇ 'ਚ ਬਹੁਤ ਟਾਈਮ, ਬਹੁਤ ਇਨਗਰੀਡੀਐਂਟਸ, ਬਹੁਤ ਚੀਜ਼ਾਂ ਪੈਂਦੀਆਂ, ਫਿਰ ਜਾ ਕੇ ਕਿਤੇ ਰਿਸ਼ਤਾ ਥੋੜ੍ਹਾ ਬਹੁਤਾ ਕਾਇਮ ਹੁੰਦਾ। ਤੇ ਉਧਰੋਂ ਤੁਹਾਡੇ ਗ੍ਰੇਡ 12 ਦਾ ਫਾਈਨਲ ਐਗਜ਼ਾਮ ਆ, ਉਧਰੋਂ ਤੁਸੀਂ ਆਪਣਾ ਟਾਈਮ ਦੇਈ ਜਾਂਦੇ ਹੋ, ਆਪਣੇ ਰਿਲੇਸ਼ਨਸ਼ਿਪ 'ਚ ਤਾਂ ਸਕਸੈਸਫੁਲ ਕਿਵੇਂ ਹੋਵਾਂਗੇ। ਸੋ ਇਹ ਚੀਜ਼ਾਂ ਸਮਝਾਉਣੀਆਂ ਪੇਰੈਂਟਸ ਨੂੰ ਬਹੁਤ ਜ਼ਰੂਰੀ ਆ। ਪਰ ਸਮਝਾਉਣ ਦਾ ਵੀ ਇੱਕ ਤਰੀਕਾ ਹੁੰਦਾ, ਇੱਕ ਕਾਇਦੇ ਕਾਨੂੰਨ ਹੁੰਦੇ ਆ, ਇੱਕ ਲਹਿਜ਼ਾ ਹੁੰਦਾ, ਇਹ ਸਿੱਖਿਆ ਜਾ ਸਕਦਾ। ਅਤੇ ਉਮੀਦ ਆ ਕਿ ਅੱਜ ਦੇ ਤੋਂ ਪੇਰੈਂਟਸ ਇਸ ਚੀਜ਼ ਨੂੰ ਬੈਠ ਕੇ ਪਹਿਲਾਂ ਹਸਬੈਂਡ ਵਾਈਫ ਇੱਕ ਦੂਜੇ ਨਾਲ ਪ੍ਰੈਕਟਿਸ ਕਰ ਲੈਣ ਜੀ, ਉਸ ਤੋਂ ਬਾਅਦ ਫਿਰ ਬੱਚੇ ਨੂੰ ਬਿਠਾ ਕੇ ਕਹਿਣ ਵੀ ਬਈ ਅਸੀਂ ਅੱਜ ਸੋਸ਼ਲ ਰਿਲੇਸ਼ਨਸ਼ਿਪ ਦੇ ਬਾਰੇ ਗੱਲਬਾਤ ਕਰਨੀ ਆ। ਤੁਸੀਂ ਹਾਈ ਸਕੂਲ 'ਚ ਹੁਣ ਉਸ ਮਕਾਮ 'ਤੇ ਪਹੁੰਚ ਗਏ ਜਿਹਦੇ 'ਚ ਕਿ ਤੁਹਾਡਾ ਰਿਲੇਸ਼ਨਸ਼ਿਪ ਹੋਣਾ ਜਾਇਜ਼ ਆ, ਲੇਕਿਨ ਇਹਨੂੰ ਆਪਾਂ ਮੈਨੇਜ ਕਿਵੇਂ ਕਰਨਾ ਉਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ। ਬਲਦੇਵ ਜੀ, ਮਾਂ ਦਾ ਸਮਝਾਉਣਾ ਅਤੇ ਪਿਓ ਦਾ ਸਮਝਾਉਣਾ ਦੋਹਾਂ ਦਾ ਆਪੋ ਆਪਣਾ ਰੋਲ ਹੈ। ਜਿਹੜੀ ਸਾਰੇ ਨਾਲੋਂ ਇੰਪੋਰਟੈਂਟ ਸਟੱਡੀਜ਼ ਹੁਣ ਸਾਹਮਣੇ ਆ ਰਹੀਆਂ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਕੁੜੀ ਹੁੰਦੀ ਆ ਉਹਨੂੰ ਇੱਕ ਮੇਲ ਟੱਚ ਚਾਹੀਦਾ ਹੁੰਦਾ ਘਰ 'ਚ, ਜਿਹੜਾ ਉਹਨੂੰ ਆਸ਼ੀਰਵਾਦ ਦੇਵੇ, ਜਿਹੜਾ ਉਹਨੂੰ ਕਵੇ ਕਿ ਧੀ ਮੈਂ ਬਹੁਤ ਲੱਕੀ ਹਾਂ ਕਿ ਤੇ ਤੂੰ ਮੇਰੇ ਘਰ ਜਨਮ ਲਿਆ। ਉਹਨੂੰ ਪਿਆਰ ਨਾਲ ਬਿਠਾ ਕੇ ਉਹਨੂੰ ਪੁੱਛਿਆ ਜਾਵੇ, ਉਹਨੂੰ ਹੱਲਾਸ਼ੇਰੀ ਦਿੱਤੀ ਜਾਵੇ, ਉਹਨੂੰ ਇਨਕਰੇਜ ਕੀਤਾ ਜਾਵੇ, ਉਹਨੂੰ ਇਹ ਲੱਗੇ ਕਿ ਮੈਨੂੰ ਕੋਈ ਹੋਰ ਬੰਦਾ ਨਹੀਂ ਮੈਨੂੰ ਜ਼ਿੰਦਗੀ 'ਚ ਚਾਹੀਦਾ, ਮੈਨੂੰ ਘਰੇ ਹੀ ਬਹੁਤ ਪਿਆਰ ਮਿਲ ਰਿਹਾ ਮੇਰੇ ਮਾਪਿਆਂ ਵੱਲੋਂ, ਖਾਸ ਕਰਕੇ ਮੇਰੇ ਫਾਦਰ ਵੱਲੋਂ, ਤੇ ਮੈਂ ਆਪਣੇ ਫਾਦਰ ਦੀ ਰਿਸਪੈਕਟ ਕਰਨੀ ਆ। ਹੁਣ ਕੰਪੈਰੇਟਿਵਲੀ ਆਹ ਜਿਹੜਾ ਇਹ ਬਹੁਤ ਸੌਖੇ ਤਰੀਕੇ ਨਾਲ ਹੋ ਸਕਦਾ। ਹੁਣ ਮੈਂ ਕਾਫੀ ਦੇਖਦਾ ਜਿਹੜੇ ਫਾਦਰ ਆ ਉਹ ਆਪਣੇ ਬੱਚਿਆਂ ਦੀ ਪਰਵਰਿਸ਼ ਦੇ ਵਿੱਚ ਇਨਵੋਲਵ ਹੋ ਰਹੇ ਆ, ਲੇਕਿਨ ਜਦੋਂ 12 ਸਾਲ ਦੀ ਕੁੜੀ ਹੋ ਜਾਂਦੀ ਆਪਣੇ ਘਰਾਂ 'ਚ ਉਦੋਂ ਫਾਦਰ ਇੱਕ ਸਟੈਪ ਪਿੱਛੇ ਹਟਣਾ ਸ਼ੁਰੂ ਹੁੰਦਾ, ਜਦੋਂ ਕਿ ਉਹਨੂੰ ਇੱਕ ਸਟੈਪ ਗਾਂਹ ਲੈ ਕੇ ਬੱਚੇ ਦੇ ਨਾਲ ਗੱਲ ਕਰਨੀ ਚਾਹੀਦੀ ਆ ਕੁੜੀ ਦੇ ਨਾਲ, ਕਿਉਂਕਿ ਉਦੋਂ ਉਹਨੂੰ ਪਤਾ ਲੱਗਣਾ ਚਾਹੀਦਾ ਕਿ ਇੱਕ ਮੇਲ ਫਿਗਰ ਉਹਦੀ ਜ਼ਿੰਦਗੀ ਦੇ ਵਿੱਚ ਕਿਵੇਂ ਬਿਹੇਵ ਕਰਦੀ ਆ ਉਹਦੇ ਨਾਲ। ਜੇ ਉਹ ਫਾਦਰ ਆਪਣੀ ਕੁੜੀ ਦੇ ਨਾਲ ਬੜਾ ਵਧੀਆ ਬਿਹੇਵ ਕਰੂਗਾ, ਕੁੜੀ ਦੀ ਮਾਂ ਦੇ ਨਾਲ ਬੜੀਆ ਵਧੀਆ ਬਿਹੇਵ ਕਰੂਗਾ, ਫਿਰ ਕੁੜੀ ਨੂੰ ਪਹਿਲੀ ਵਾਰੀ ਅਹਿਸਾਸ ਹੋਊ ਵੀ ਜੇ ਮੈਂ ਕੱਲ੍ਹ ਨੂੰ ਕਿਸੇ ਮੁੰਡੇ ਦੇ ਨਾਲ ਗੱਲ ਕਰਦੀ ਹਾਂ ਤੇ ਉਹ ਮੈਨੂੰ ਯੈਲਣ ਸਕਰੀਮ ਕਰਦਾ ਤੇ ਮੈਨੂੰ ਪਤਾ ਵੀ ਇਹ ਤਾਂ ਮੇਰੇ ਘਰ 'ਚ ਹੋ ਹੀ ਨਹੀਂ ਰਿਹਾ ਗੱਲ, ਤੇ ਵੀ ਇਹ ਤਾਂ ਬੰਦਾ ਹੀ ਪਾਗਲ ਆ। ਇਸ ਕਰਕੇ ਇਹ ਬਹੁਤ ਇੰਪੋਰਟੈਂਟ ਆ ਕਿ ਜੇ ਫਾਦਰਸ ਆਪਣੀਆਂ ਧੀਆਂ ਨਾਲ ਬੈਠ ਕੇ ਪਿਆਰ ਨਾਲ ਗੱਲ ਕਰਨ, ਉਤਸ਼ਾਹਿਤ ਕਰਨ ਵੀ ਪੁੱਤ ਤੂੰ ਪੜ੍ਹ ਸਕਦਾ, ਤੂੰ ਕੁਛ ਵੀ ਕਰ ਸਕਦਾ, ਤੂੰ ਮੈਨੂੰ ਦੱਸ, ਮੈਂ ਤੇਰੇ ਵਾਸਤੇ ਸਟੈਂਡ ਲੈਣ ਨੂੰ ਤਿਆਰ ਹਾਂ, ਤੂੰ ਦੱਸ ਤੂੰ ਕੀ ਜਿਹੜਾ ਵੀ ਕੁਛ ਤੂੰ ਬਣਨਾ ਚਾਹੁੰਦੀ ਆ ਆਪਾਂ ਕਰ ਸਕਦੀ ਹਾਂ, ਔਰ ਤੇਰੇ ਕੋਲ ਕੇਪੇਬਿਲਿਟੀ ਆ ਔਰ ਤੂੰ ਕਰ ਸਕਦੀ ਆ। ਆਹ ਜਿਹੜੀ ਹੱਲਾਸ਼ੇਰੀ ਆ, ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਉਹਨੂੰ ਕੋਈ ਮੁੰਡਾ ਲੱਭਣ ਦੀ ਲੋੜ ਨਹੀਂ ਪੈਣੀ, ਕਿਉਂਕਿ ਉਹਦੀ ਜਿਹੜੀ ਇਹ ਜਿਹੜਾ ਉਹਦਾ ਉਤਸ਼ਾਹਤ ਆ ਵੀ ਮੇਰਾ ਫਾਦਰ ਆ, ਮੇਰੇ ਫਾਦਰ ਨੇ ਮੈਨੂੰ ਇੰਨੀ ਹੱਲਾਸ਼ੇਰੀ ਦਿੱਤੀ ਆ, ਉਹਦੇ 'ਚ ਹੀ ਉਹ ਸੰਪੂਰਨ ਹੋ ਜੂਗੀ। ਕਿਉਂਕਿ ਜਿਹੜੀਆਂ ਕੁੜੀਆਂ ਲੱਭਦੀਆਂ ਪਿਆਰ ਲੱਭਦੀਆਂ, ਉਹ ਬਾਹਰ ਕਿਉਂ ਲੱਭਦੀਆਂ? ਕਿਉਂਕਿ ਘਰੋਂ ਉਹਨਾਂ ਨੂੰ ਮਿਲਦਾ ਹੀ ਨਹੀਂ ਕੁਛ। ਇਸ ਕਰਕੇ ਇਹ ਬਹੁਤ ਇੰਪੋਰਟੈਂਟ ਆ ਕਿ ਫਾਦਰਸ ਜਿਹੜੇ ਆ ਉਹ ਆਪਣੀਆਂ ਧੀਆਂ ਨਾਲ ਪਿਆਰ ਕਰਨ, ਇਸੇ ਤਰ੍ਹਾਂ ਹੀ ਉਹ ਆਪਣੇ ਮੁੰਡਿਆਂ ਨੂੰ ਕੋਲ ਬਿਠਾਉਣ ਵੀ ਬੇਟੇ ਦੇਖ ਆਪਣੇ ਘਰ ਦੇ ਵਿੱਚ ਇਹ ਐਕਸੈਪਟੇਬਲ ਨਹੀਂ ਹੋਊਗਾ ਵੀ ਕੱਲ੍ਹ ਨੂੰ ਤੂੰ ਕਿਸੇ ਕੁੜੀ ਦੀ ਬੇਇੱਜ਼ਤੀ ਕਰਕੇ ਘਰ ਆ ਜਾਏ, ਮੈਂ ਤੈਨੂੰ ਐਕਸੈਪਟ ਨਹੀਂ ਕਰਨਾ। ਇਹ ਨਾ ਤੂੰ ਸੋਚੀ ਵੀ ਮਤਲਬ ਕਿ ਤੂੰ ਕੁਛ ਵੀ ਕਰੇ ਆਏਗਾ ਤੇ ਮੈਂ ਤੈਨੂੰ ਲੁਕੋ ਲੂੰਗਾ ਤੇ ਵਕੀਲ ਕਰਕੇ ਤੈਨੂੰ ਛਡਾ ਲੂੰਗਾ। ਸੋਰੀ, ਦਿਸ ਇਜ਼ ਨਾਟ ਗੋਇੰਗ ਟੂ ਹੈਪਨ ਇਨ ਆਵਰ ਫੈਮਿਲੀ। ਆਪਾਂ ਗੁਰੂ ਨਾਨਕ ਦੇ ਵਾਰਿਸ ਹਾਂ ਤੇ ਆਪਾਂ ਨੂੰ ਔਰਤ ਔਰ ਮਰਦ ਦੇ ਵਿੱਚ ਬਰਾਬਰੀ ਦਾ ਹੱਕ ਦਿੱਤਾ, ਸੋ ਤੂੰ ਆਪਣਾ ਆਚਰਣ ਤੇ ਬਿਹੇਵੀਅਰ ਕੁਛ ਇਸ ਤਰ੍ਹਾਂ ਦਾ ਰੱਖਣਾ ਜਿਹਦੇ ਨਾਲ ਕਿ ਇੱਜ਼ਤ ਬਰਕਰਾਰ ਰਵੇ, ਕਿਉਂਕਿ ਤੇਰੀਆਂ ਵੀ ਭੈਣਾਂ, ਜੇ ਉਹਦੇ ਭੈਣ ਨਹੀਂ ਗੀ ਵੀ ਤਾਂ ਵੀ ਕਹਿਣਾ ਵੀ ਤੇਰੀਆਂ ਕਜ਼ਨਸ ਹੋਰ ਚਾਚੇ ਤਾਇਆਂ 'ਚ ਤੇਰੀਆਂ ਭੈਣਾਂ ਹੈਗੀਆਂ, ਤੇ ਜੇ ਕੱਲ੍ਹ ਨੂੰ ਉਹਨਾਂ ਨਾਲ ਕੋਈ ਮਿਸਬਿਹੇਵ ਕਰੂਗਾ ਤੈਨੂੰ ਵੀ ਉਨਾ ਹੀ ਦਰਦ ਹੋਊਗਾ। ਮੇਰਾ ਖਿਆਲ 'ਚ ਇਹ ਜਿਹੜਾ ਫਾਦਰ ਦਾ ਰੋਲ ਆ ਆਪਣੇ ਕਲਚਰ 'ਚ ਜੀ, ਉਹ ਬਹੁਤ ਅਹਿਮ ਰੋਲ ਆ।
ਕਿਉਂਕਿ ਜਦੋਂ ਫਾਦਰ ਡਿਟੈਚ ਹੋ ਜਾਂਦਾ ਇੱਕ ਸਰਟਨ ਏਜ ਤੇ ਆ ਕੇ ਬੱਚਿਆਂ ਨਾਲ, ਤੇ ਉਹ ਸਿਰਫ ਇੰਨੀ ਕੀ ਗੱਲ ਕਰਦਾ ਵੀ ਬੇਟੇ ਕੀ ਹਾਲ ਚਾਲ ਆ, ਉਹ ਬੇਟਾ ਕਹਿੰਦਾ ਠੀਕ ਆ ਜੀ, ਹੋਰ ਧੀਏ ਕਿਵੇਂ ਚੱਲਦਾ, ਸਾਰਾ ਕੁਝ ਠੀਕ ਆ, ਹਾਂਜੀ ਡੈਡੀ ਜੀ ਸਾਰਾ ਕੁਝ ਠੀਕ ਆ, ਓਕੇ ਚੰਗਾ ਫਿਰ ਪੜਿਆ ਕਰੋ। ਬਸ ਆ ਕੋਈ ਰੋਲ ਨਹੀਂ ਗਾ ਫਾਦਰ ਦਾ, ਫਾਦਰ ਦਾ ਰੋਲ ਹੈਗਾ ਬੈਠ ਕੇ ਗੱਲ ਕਰਨੀ, ਉਹਨਾਂ ਦੀਆਂ ਮੁਸ਼ਕਲਾਂ ਦੱਸਣੀਆਂ, ਐਂਟੀਸਪੇਟ ਕਰਨਾ ਕਿ ਇਹਨਾਂ ਨੂੰ ਆ ਆ ਮੁਸ਼ਕਲਾਂ ਸਕੂਲ ਦੇ ਵਿੱਚ ਆਣਗੀਆਂ ਤਾਂ ਕੀ ਇਹ ਉਹਨਾਂ ਮੁਸ਼ਕਲਾਂ ਨੂੰ ਨਜਿੱਠ ਵੀ ਲੈਣਗੇ। ਆ ਜਿਹੜਾ ਸਾਰਿਆਂ ਨਾਲੋਂ ਇੰਪੋਰਟੈਂਟ ਫੈਕਟਰ ਆ, ਔਰ ਇਹਦੇ 'ਚ ਕੋਈ ਟਾਈਮ ਵੀ ਨਹੀਂ ਲੱਗਣਾ, ਇਹਦੇ 'ਚ ਕੋਈ ਆਪਣਾ ਖਰਚਾ ਵੀ ਨਹੀਂ ਹੋ ਰਿਹਾ, ਇਹਦੇ 'ਚ ਕੋਈ ਲੰਬੀ ਚੌੜੀ ਸਿੱਖਿਆ ਵੀ ਨਹੀਂ ਚਾਹੀਦੀ, ਇਹਦੇ 'ਚ ਸਿਰਫ ਪਿਆਰ ਜਿਤਾਉਣ ਦੀ ਕਾਬਲੀਅਤ ਚਾਹੀਦੀ ਆ ਮੁੰਡੇ ਨੂੰ ਵੀ ਤੇ ਕੁੜੀ ਨੂੰ ਵੀ। ਮੇਰੇ ਖਿਆਲ 'ਚ ਅਗਰ ਫਾਦਰ ਇੰਨਾ ਕਰ ਲਵੇ ਤਾਂ ਮੈਨੂੰ ਲੱਗਦਾ ਕਿ ਆਪਣੇ 'ਚ ਡੇਟਿੰਗ ਘੱਟ ਜੂਗੀ, ਆਪਣੇ ਇਹਦੇ 'ਚ ਕੁੜੀਆਂ ਦਾ ਬਾਹਰ ਜਾਣਾ, ਮੁੰਡੇ ਲੱਭਣੇ, ਮੁੰਡਿਆਂ ਦਾ ਕੁੜੀਆਂ ਨੂੰ ਲੱਭਣਾ, ਇਹ ਸਾਰਾ ਕੁਝ ਘੱਟ ਜੂਗਾ, ਕਿਉਂਕਿ ਉਹਨਾਂ ਦੀ ਸੰਪੂਰਨਤਾ ਪਰਿਵਾਰ ਦੇ ਵਿੱਚ ਹੀ ਹੋ ਜੂ। ਜੀ, ਸੋ ਪਰਿਵਾਰਾਂ ਦੇ ਵਿੱਚ ਇਹ ਇਮੋਸ਼ਨਲ ਅਟੈਚਮੈਂਟ ਐਂਡ ਫੁਲਫਿਲਮੈਂਟ ਜਿਹੜੀ ਹੈ ਬਹੁਤ ਮਾਇਨੇ ਰੱਖਦੀ ਹੈ, ਹਰ ਇੱਕ ਚੀਜ਼ ਹਰ ਇੱਕ ਪੱਧਰ ਤੋਂ ਫਿਰ ਅਸੀਂ ਪੱਖ ਤੋਂ ਸਮਝ ਸਕਦੇ ਹਾਂ ਆਪਣੀ ਜ਼ਿੰਦਗੀ ਨੂੰ। ਜੀ ਬਿਲਕੁਲ ਬਿਲਕੁਲ, ਕਿਉਂਕਿ ਖਾਸ ਕਰਕੇ ਜਦੋਂ ਆਪਾਂ ਨੂੰ ਕੋਈ ਊਣਤਾ ਹੀ ਹੁੰਦੀ ਆ ਉਦੋਂ ਹੀ ਆਪਾਂ ਬਾਹਰ ਨੂੰ ਭੱਜਦੇ ਹਾਂ। ਜੇ ਹੁਣ ਆਪਾਂ ਨੇ ਕਦੇ ਮਿਊਜ਼ਿਕ ਨਹੀਂ ਸੁਣਿਆ ਫਿਰ ਆਪਾਂ ਨੂੰ ਹੁੰਦਾ ਵੀ ਅੱਜ ਸੁਣਨ ਨੂੰ ਮਿਲਦਾ, ਚੰਗੀ ਤਰ੍ਹਾਂ ਸੁਣੀ ਲਓ, ਭਾਵੇਂ ਇੱਕ ਗਾਣੇ ਨੂੰ 5 ਵਾਰੀ ਸੁਣ ਲਓ, ਕਿਉਂਕਿ ਮੁੜ ਕੇ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ। ਉਹੀ ਹਿਸਾਬ ਬੱਚਿਆਂ ਦੇ ਵਿੱਚ ਆ, ਤੇ ਮੈਂ ਕਹਿੰਦਾ ਵੀ ਜੇ ਆਪਾਂ ਇਹਨਾਂ ਚੀਜ਼ਾਂ ਨੂੰ ਜਾਣਦੇ ਹਾਂ ਤਾਂ ਫਿਰ ਇਹਨਾਂ ਨੂੰ ਇੰਪਲੀਮੈਂਟ ਕਰਨ ਦੇ ਵਿੱਚ ਕੀ ਹਿਚਕਚਾਹਟ ਆ, ਗੱਲ ਹੀ ਕਰਨੀ ਆ, ਆਪਣੀਆਂ ਜਿਹੜੀਆਂ ਕਮਜ਼ੋਰੀਆਂ ਉਹਨਾਂ ਨੂੰ ਦੂਰ ਕਰਕੇ ਤੇ ਗੱਲ ਹੀ ਕਰਨੀ ਆ ਨਾ। ਉਹ ਮੇਰਾ ਖਿਆਲ 'ਚ ਮੇਰੇ ਹਿਸਾਬ ਨਾਲ ਗੁਰਪ੍ਰੀਤ ਜੀ ਇਹ ਬਹੁਤ ਇੰਪੋਰਟੈਂਟ ਆ ਕਿ ਆਪਾਂ ਪ੍ਰੈਕਟੀਕਲੀ ਬੱਚੇ ਨੂੰ ਕੋਲੇ ਬਿਠਾ ਕੇ ਉਹਦਾ ਐਪਰੀਸੀਏਸ਼ਨ ਕਰੀਏ ਵੀ ਵੀ ਆਰ ਵੈਰੀ ਲੱਕੀ ਕਿ ਤੂੰ ਸਾਡੇ ਘਰ 'ਚ ਜਨਮ ਲਿੱਤਾ, ਤੂੰ ਬਹੁਤ ਇੰਪੋਰਟੈਂਟ ਆ ਸਾਡੇ ਵਾਸਤੇ। ਮੇਰਾ ਖਿਆਲ 'ਚ ਇੰਨਾ ਕਹਿ ਦੇਣਾ ਉਹਨੂੰ, ਮੈਂ ਕਹਿੰਦਾ ਉਹਨੂੰ ਬਹੁਤ ਉਹਨੂੰ ਉਤਸ਼ਾਹ ਮਿਲੂਗਾ ਉਸ ਬੱਚੇ ਨੂੰ, ਜਿਹਨੂੰ ਵੀ ਤੁਸੀਂ ਕਿਹਾ, ਚਾਹੇ ਕੁੜੀ ਆ ਚਾਹੇ ਮੁੰਡਾ। ਠੀਕ ਹੈ, ਪੇਰੈਂਟਸ ਦਾ ਇਹ ਸੋਚਣਾ ਕਿ ਅਸੀਂ ਬੋਡੀ ਸਾਇੰਸ ਜਾਂ ਐਡਲਟ ਐਜੂਕੇਸ਼ਨ ਬੱਚਿਆਂ ਨੂੰ ਸਕੂਲ ਦੇ ਵਿੱਚ ਅਪਰੂਵ ਕਰਾ ਕੇ ਦਵਾਤੀ ਹੈ ਅਤੇ ਸਾਡਾ ਤਾਂ ਕੰਮ ਹੋ ਗਿਆ, ਸਮਝ ਆ ਗਈ ਹੋਣੀ ਨਿਆਣਿਆਂ ਨੂੰ, ਉਹਨਾਂ ਨੂੰ ਨਹੀਂ ਪਤਾ ਔਨਲਾਈਨ ਕੀ ਕੁਛ ਦੇਖੀ ਜਾਂਦੇ ਆ, ਬਹੁਤ ਸਾਰਾ ਪੌਰਨ ਕੰਟੈਂਟ ਅਵੇਲੇਬਲ ਹੈ, ਨਿਆਣੇ ਇੱਕ ਦੂਜੇ ਦੇ ਨਾਲ ਗਰੁੱਪਸ 'ਚ ਸ਼ੇਅਰ ਕਰਦੇ ਆ। ਬਿਲਕੁਲ, ਮੇਰਾ ਖਿਆਲ 'ਚ ਇਹ ਆਪਾਂ ਨੂੰ ਥੋੜ੍ਹਾ ਜਿਹਾ ਇਹਦੇ 'ਤੇ ਵੀ ਆਪਾਂ ਕਿਸੇ ਦਿਨ, ਸਿਰਫ ਡਿਜੀਟਲ ਐਜੂਕੇਸ਼ਨ 'ਤੇ ਵੀ ਆਪਾਂ ਕਿਸੇ ਦਿਨ ਸ਼ੋਅ ਕਰਾਂਗੇ। ਠੀਕ ਹੈ, ਕਿ ਬੱਚਿਆਂ ਨੂੰ ਆਪਾਂ ਪਰੂਫ ਕਿਵੇਂ ਕਰ ਸਕਦੇ ਹਾਂ। ਹੁਣ ਜਿਹੜੇ ਛੋਟੇ ਬੱਚੇ ਆ, ਜਿਹੜੇ ਹਜੇ ਮਤਲਬ ਕਿ 16 ਸਾਲ ਤੋਂ ਵੱਡੇ ਨਹੀਂ ਹੋਏ, ਉਹਨਾਂ ਦੇ ਫੋਨ ਦੇ ਉੱਤੇ ਆਪਾਂ ਨੂੰ ਪੇਰੈਂਟਲ ਕੰਟਰੋਲ ਐਪ ਮਿਲਦੇ ਆ, ਉਹ ਲਗਾ ਸਕਦੇ ਹਾਂ। ਅਸੀਂ ਜਦੋਂ ਪਹਿਲੀ ਵਾਰੀ ਕਿਸੇ ਬੱਚੇ ਨੂੰ ਫੋਨ ਦੇਣਾ, ਅਸੀਂ ਉਹਦੇ ਨਾਲ ਨੈਗੋਸ਼ੀਏਟ ਕਰ ਸਕਦੇ ਹਾਂ ਵੀ ਅੰਡਰ ਨੋ ਕੰਡੀਸ਼ਨਸ ਤੂੰ ਆਪਣੇ ਬੈੱਡਰੂਮ 'ਚ ਰਾਤ ਨੂੰ ਸੈੱਲ ਫੋਨ ਲੈ ਕੇ ਪੈ ਸਕਦਾ, ਸੋਰੀ ਇਟਸ ਨੋਟ ਅਲਾਊਡ। ਜੇ ਤੂੰ ਇਹਨਾਂ ਕੰਡੀਸ਼ਨਾਂ ਨੂੰ ਐਗਰੀ ਕਰਦਾ ਤਾਂ ਅਸੀਂ ਤੈਨੂੰ ਸੈੱਲ ਫੋਨ ਲੈ ਕੇ ਦੇਵਾਂਗੇ, ਜੇ ਤੂੰ ਇਹਨੂੰ ਨਹੀਂ ਕੰਡੀਸ਼ਨ ਨੂੰ ਐਗਰੀ ਕਰਦਾ ਉਦੋਂ ਅਸੀਂ ਨਹੀਂ ਲੈ ਕੇ ਦੇਵਾਂਗੇ। ਸੈਕਿੰਡ ਚੀਜ਼ ਆ, ਜਦੋਂ ਤੱਕ ਤੂੰ 18 ਸਾਲ ਦਾ ਨਹੀਂ ਹੁੰਦਾ ਤੂੰ ਆਪਣੇ ਸੈੱਲ ਫੋਨ 'ਤੇ ਪਾਸਵਰਡ ਨਹੀਂ ਪਾ ਸਕਦਾ, ਸੋਰੀ ਯੂ ਕੈਂਟ। 18 ਸਾਲ ਤੋਂ ਬਾਅਦ ਤੇਰਾ ਪਾਸਵਰਡ ਬਿਲਕੁਲ ਆ, ਤੈਨੂੰ ਅਸੀਂ ਪੁੱਛਾਂਗੇ ਵੀ ਨਹੀਂ ਕਿਉਂਕਿ ਤੂੰ ਉਦੋਂ ਤੱਕ ਮੈਚਿਓਰ ਹੋ ਚੁੱਕਿਆ ਹੋਏਗਾ। ਠੀਕ ਹੈ, ਓਕੇ। ਸੋ ਇੱਕ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸਰਟਨ ਆ ਉਹ ਆਪਾਂ ਨੂੰ ਕਲੀਅਰ ਕਰ ਲੈਣੀਆਂ ਚਾਹੀਦੀਆਂ ਬੱਚੇ ਨੂੰ। ਹੋਰ ਆਪਾਂ ਨੂੰ ਬੱਚੇ ਨੂੰ ਕੀ ਕਰਨਾ ਚਾਹੀਦਾ ਕਿ ਆਪਾਂ ਨੂੰ ਰਿਸਪੈਕਟਫੁੱਲ ਬਿਹੇਵੀਅਰ ਡਿਫਾਈਨ ਕਰਨਾ ਚਾਹੀਦਾ, ਬਈ ਇੱਕ ਰਿਸਪੈਕਟਫੁੱਲ ਬਿਹੇਵੀਅਰ ਹੁੰਦਾ ਕੀ ਆ, ਉਹਦੇ 'ਚ ਮਿਊਚੁਅਲ ਰਿਸਪੈਕਟ ਕੀ ਹੁੰਦੀ ਆ, ਟਰੱਸਟ ਕਿਵੇਂ ਬਿਲਡ ਕਰੀਦਾ, ਹੈਲਦੀ ਕਮਿਊਨੀਕੇਸ਼ਨ ਕੀ ਆ, ਅਤੇ ਆਪਾਂ ਬਾਉਂਡਰੀਜ਼ ਤੋਂ ਬਾਹਰ ਕਿਵੇਂ ਕਿਵੇਂ ਆਪਾਂ ਬਾਹਰ ਨਹੀਂ ਹੋਣਾ ਅਤੇ ਕਿਵੇਂ ਬਾਉਂਡਰੀਜ਼ ਨੂੰ ਮੇਨਟੇਨ ਕਰਨਾ, ਇਹ ਬਹੁਤ ਇੰਪੋਰਟੈਂਟ ਆ। ਇਹ ਬੱਚਿਆਂ ਨੂੰ ਸਿਖਾਉਣਾ ਪੈਂਦਾ, ਆਪਣੇ ਆਪ ਨਹੀਂ ਆਉਂਦੇ। ਇਹ ਬਹੁਤ ਇੰਪੋਰਟੈਂਟ ਟਿਪਸ ਨੇ। ਯਾ ਦੂਜੀ ਚੀਜ਼ ਆ ਕਿ ਬੱਚੇ ਨੂੰ ਇਹ ਵੀ ਦੱਸਣਾ ਕਿ ਜੇ ਤੈਨੂੰ ਕੋਈ ਝਿੜਕਾ ਮਾਰੇ ਔਰ ਤੈਨੂੰ ਉਹ ਕਵੇ ਵੀ ਤੂੰ ਇਹ ਕੱਪੜੇ ਕਿਹੋ ਜਿਹੇ ਪਾ ਕੇ ਆਈ ਆ, ਜਾਂ ਤੈਨੂੰ ਕਵੇ ਵੀ ਤੂੰ ਬਾਹਰ ਨਹੀਂ ਜਾ ਸਕਦੀ ਮੇਰੇ ਤੋਂ ਇਲਾਵਾ, ਜਾਂ ਉਹ ਕਵੇ ਵੀ ਤੂੰ ਫਲਾਣੇ ਮੁੰਡੇ ਕੰਨੀ ਦੇਖਦੀ ਕਿਉਂ ਸੀ, ਜਾਂ ਕੁੜੀ ਮੁੰਡੇ ਨੂੰ ਕਵੇ ਵੀ ਤੂੰ ਉਹਦੇ ਕੰਨੀ ਕਿਉਂ ਦੇਖਦਾ ਸੀ, ਇਹਦਾ ਮਤਲਬ ਆਪਾਂ ਨੂੰ ਉਹਨੂੰ ਦੱਸਣਾ ਪੈਣਾ ਵੀ ਅਬਿਊਸਿਵ ਰਿਲੇਸ਼ਨਸ਼ਿਪ ਕੀ ਹੁੰਦਾ, ਤੂੰ ਕਿਸੇ ਦਾ ਕੰਟਰੋਲਿੰਗ ਬਿਹੇਵੀਅਰ ਕਿਵੇਂ ਹੁੰਦਾ, ਜੈਲਸੀ ਕਿਵੇਂ ਹੁੰਦੀ ਆ, ਔਰ ਉਹ ਜਿਹੜਾ ਕੰਟਰੋਲ ਕਰਦਾ ਜਿਹੜਾ ਮਾੜਾ ਬੰਦਾ ਹੁੰਦਾ ਉਹ ਦੂਜੇ ਨੂੰ ਆਪਣੇ ਦੋਸਤਾਂ ਤੋਂ ਕਿਵੇਂ ਤੋੜਦਾ, ਅਤੇ ਜੇ ਉਹ ਪੁਸ਼ ਕਰਦਾ, ਬਾਂਹ ਪਕੜਦਾ, ਧੱਕਾ ਦਿੰਦਾ, ਕੁੱਟਮਾਰ ਕਰਦਾ, ਗਾਲਾਂ ਕੱਢਦਾ,
ਤਾਂ ਇਹ ਵਾਰਨਿੰਗ ਸਾਈਨਸ ਆਪਾਂ ਬੱਚੇ ਨੂੰ ਸਿਖਾਉਣੇ ਆ ਵੀ ਜੇ ਇਹਦੇ ਚੋਂ ਕੋਈ ਵੀ ਇੱਕ ਹੋਇਆ ਤੂੰ ਆ ਕੇ ਸਾਨੂੰ ਦੱਸਣਾ ਯੂ ਕੈਨੋਟ ਲਾਈ ਇਹਦਾ ਮਤਲਬ ਹੈਗਾ ਕਿ ਇਹ ਐਜੂਕੇਸ਼ਨ ਪ੍ਰੋਸੈਸ ਆ ਰਿਲੇਸ਼ਨਸ਼ਿਪ ਰਿਲੇਸ਼ਨਸ਼ਿਪ ਬੈਡ ਵੀ ਹੋ ਸਕਦਾ ਤੇ ਸਾਨੂੰ ਰੈਕਗਨਾਈਜ਼ ਤਾਂ ਹੋ ਜਾਵੇ ਨਾ ਛੇਤੀ ਦੇਣੇ ਵੀ ਇਹ ਬੈਡ ਰਿਲੇਸ਼ਨਸ਼ਿਪ ਆ ਤੇ ਜੇ ਮੈਨੂੰ ਪਤਾ ਹੀ ਨਹੀਂ ਗਾ ਵੀ ਅਬਿਊਜ਼ ਕੀ ਹੁੰਦੀ ਆ ਤਾਂ ਫਿਰ ਮੈਨੂੰ ਪਤਾ ਹੀ ਨਹੀਂ ਲੱਗਣਾ ਮੈਨੂੰ ਲੱਗੂਗਾ ਇਹ ਇੰਝ ਹੀ ਹੁੰਦਾ ਵੀ ਆਈ ਹੋਈ ਹੁੰਦੇ ਆ ਸੋ ਉਹ ਚੀਜ਼ਾਂ ਬੜੀਆਂ ਇੰਪੋਰਟੈਂਟ ਆ ਦੂਜੀ ਚੀਜ਼ ਆ ਕਿ ਆਪਣੀ ਕੁੜੀ ਜਾਂ ਮੁੰਡੇ 'ਚ ਕੌਨਫੀਡੈਂਸ ਕਿੰਨਾ ਕਿ ਉਹਨਾਂ 'ਚ ਕੌਨਫੀਡੈਂਸ ਹੈਗਾ ਜੇ ਉਹਨਾਂ ਨੂੰ ਫਰਜ਼ ਕਰ ਲਓ ਸਾਰੀ ਕੁੜੀਆਂ ਦੇ ਗ੍ਰੇਡ 11 ਦੇ ਵਿੱਚ ਬੁਆਏਫ੍ਰੈਂਡ ਆ ਆਪਣੀ ਕੁੜੀ ਕੋਲੇ ਬੁਆਏਫ੍ਰੈਂਡ ਨਹੀਂ ਗਾ ਕੀ ਉਹ ਉਸ ਕਲਾਸ 'ਚ ਜਾਣੋ ਹਟ ਜਾਵੇ ਜਾਂ ਡਿਪਰੈਸ਼ਨ 'ਚ ਚਲੀ ਜਾਵੇ ਜਦ ਤੱਕ ਆਪਾਂ ਗੱਲ ਨਹੀਂ ਕਰਦੇ ਆਪਾਂ ਨੂੰ ਕੀ ਪਤਾ ਲੱਗੂ ਹੁਣ ਜੇ ਆਪਾਂ ਉਹਨੂੰ ਪੁੱਛਾਂਗੇ ਵੀ ਤੂੰ ਡਿਪਰੈਸਡ ਕਾਹਤੇ ਆ ਉਹ ਕਹਿੰਦੀ ਨਹੀਂ ਮੈਨੂੰ ਤਾਂ ਐਂਗਜ਼ਾਇਟੀ ਹੋ ਜਾਂਦੀ ਆ ਮੈਂ ਜਾਣਾ ਨਹੀਂ ਚਾਹੁੰਦੀ ਪਰ ਕਿਉਂ ਨਹੀਂ ਜਾਣਾ ਚਾਹੁੰਦੀ ਉਹ ਥੋੜ੍ਹੀ ਖੁੱਲ੍ਹ ਕੇ ਥੋੜ੍ਹੀ ਤੁਹਾਨੂੰ ਦੱਸੂਗੀ ਵੀ ਕਿਉਂਕਿ ਮੇਰਾ ਬੁਆਏਫ੍ਰੈਂਡ ਨਹੀਂ ਗਾ ਮੈਨੂੰ ਸਾਰੀਆਂ ਕੁੜੀਆਂ ਮੇਰੇ ਕੰਨੀ ਦੇਖਦੀਆਂ ਅਤੇ ਉਹ ਕਹਿੰਦੀਆਂ ਅੱਛਾ ਤੇਰੇ ਕੋਲ ਬੁਆਏਫ੍ਰੈਂਡ ਨਹੀਂ ਆਰ ਯੂ ਲੈਸਬੀਅਨ ਹੁਣ ਮੈਂ ਕੀ ਕਰਾਂ ਸੋ ਆਪਾਂ ਨੂੰ ਬੱਚੇ ਦੀ ਉਹ ਗੁੰਝਲਦਾਰ ਸਮੱਸਿਆਵਾਂ ਨੂੰ ਸਮਝਣ ਵਾਸਤੇ ਟਾਈਮ ਚਾਹੀਦਾ ਸਾਨੂੰ ਕਲੋਜ਼ਨੈਸ ਚਾਹੀਦੀ ਆ ਸਾਨੂੰ ਮਤਲਬ ਕਿ ਪਤਾ ਹੋਣਾ ਚਾਹੀਦਾ ਵੀ ਅਸੀਂ ਕਿਸ ਤਰੀਕੇ ਨਾਲ ਆਪਣੇ ਬੱਚੇ ਦੀ ਪਰਵਰਿਸ਼ ਕਰਨੀ ਆ ਰਾਈਟ ਅੱਛਾ ਦੂਸਰੀ ਚੀਜ਼ ਇਹ ਆ ਕਿ ਆਪਾਂ ਜਦ ਤੱਕ ਬੱਚੇ ਨੂੰ ਖੁੱਲ੍ਹ ਨਹੀਂ ਦੇਵਾਂਗੇ ਉਦੋਂ ਤੱਕ ਬੱਚੇ ਨੇ ਸਟਰੀਟ ਸਮਾਰਟ ਨਹੀਂ ਬਣਨਾ ਅੱਛਾ ਦੂਸਰੇ ਪਾਸੇ ਪੇਰੈਂਟਸ ਕਹਿੰਦੇ ਆ ਵੀ ਅਸੀਂ ਇਹਨਾਂ ਨੂੰ ਖੁੱਲ੍ਹ ਦੇਣੀ ਨਹੀਂ ਕਿਉਂਕਿ ਵਿਗੜ ਜਾਣਗੇ ਅੱਛਾ ਜੇ ਉਹਨਾਂ ਨੂੰ ਘਰ ਰੱਖਿਆ ਬਾਹਰ ਜਾਣ ਨਹੀਂ ਦਿੱਤਾ ਜਿੱਦਣ ਵੀ ਉਹਨਾਂ ਨੂੰ ਪਹਿਲੀ ਵਾਰੀ ਯੂਨੀਵਰਸਿਟੀ 'ਚ ਗਏ ਉਹਨਾਂ ਨੇ ਫਿਰ ਅੱਤ ਚੱਕ ਦੇਣੀ ਆ ਖੁੱਲ੍ਹ ਮਿਲ ਗਈ ਕਿਉਂਕਿ ਉਹਨਾਂ ਨੂੰ ਵਿਚਾਰਿਆਂ ਨੂੰ ਮੈਨੇਜ ਹੀ ਨਹੀਂ ਕਰਨਾ ਹੁੰਦਾ ਤੁਸੀਂ ਕਦੇ ਉਹਨੂੰ ਭੇਜਿਆ ਹੀ ਨਹੀਂ ਸੋ ਆਪਾਂ ਨੇ ਉਹਨਾਂ ਨੂੰ ਬਾਹਰ ਵੀ ਜਾਣ ਦੇਣਾ ਕੰਟਰੋਲ 'ਚ ਵੀ ਰੱਖਣਾ ਗਾਈਡ ਵੀ ਕਰਨਾ ਸਮਝਾਉਣਾ ਵੀ ਆ ਅਤੇ ਉਹਨਾਂ ਨੂੰ ਥੋੜ੍ਹੀ ਥੋੜ੍ਹੀ ਜਿਵੇਂ ਰੱਸਾ ਢਿੱਲਾ ਛੱਡੀ ਦਾ ਥੋੜ੍ਹਾ ਥੋੜ੍ਹਾ ਰੱਸਾ ਉਹਨਾਂ ਦਾ ਢਿੱਲਾ ਵੀ ਛੱਡਣਾ ਇਹਨੂੰ ਕਹਿੰਦੇ ਆ ਵੀ ਆਪਾਂ ਰਿਸਪੋਂਸੀਬਲ ਪੇਰੈਂਟਿੰਗ ਕੀਤੀ ਆਪਣੇ ਬੱਚੇ ਦੀ ਇਹ ਆਪਣੇ ਬੱਚਿਆਂ ਤੋਂ ਉਮੀਦ ਰੱਖਣੀ ਕਿ ਉਹ ਆਪ ਹੀ ਆ ਕੇ ਦੱਸ ਦੇਣਗੇ ਜਾਂ ਕਿ ਇਹਨਾਂ ਦੇ ਆਲੇ ਦੁਆਲੇ ਫਰੈਂਡਸ ਤੋਂ ਕਈ ਵਾਰੀ ਨਾ ਕੁਝ ਪੇਰੈਂਟਸ ਇਨਵੈਸਟੀਗੇਟ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰ੍ਹਾਂ ਦਾ ਚੱਲਦਾ ਇਹਦੀ ਕੋਈ ਹੋਰ ਵੀ ਸਹੇਲੀ ਹੈਗੀ ਆ ਤਾਂ ਪੇਰੈਂਟਸ ਇੱਦਾਂ ਦੀ ਜਿਹੜੀਆਂ ਚੀਜ਼ਾਂ ਫਿਰ ਉਹ ਬੱਚੇ ਐਂਬੈਰਸਡ ਫੀਲ ਕਰਦੇ ਆ ਕਿ ਤੂੰ ਮੇਰੇ ਫਰੈਂਡ ਕੋਲੋਂ ਕਿਉਂ ਪੁੱਛੇ ਇਹ ਤਾਂ ਹਜੇ ਮਾਈਨਰ ਗੱਲ ਆ ਤੇ ਜਿਹੜੇ ਬੱਚਿਆਂ ਨੇ ਟਰੈਕਰ ਲਾਇਆ ਹੋਇਆ ਉਹਦੀ ਕਾਰ 'ਚ ਉਹਦਾ ਕੀ ਕਰਾਂਗੇ ਔਰ ਮੈਨੂੰ ਬਹੁਤ ਸਾਰੇ ਦੱਸਦੇ ਆ ਵੀ ਅਸੀਂ ਉਹਦੀ ਕਾਰ 'ਚ ਟਰੈਕਰ ਲਾਇਆ ਉਹਨੂੰ ਪਤਾ ਨਹੀਂ ਸਾਨੂੰ ਐਗਜੈਕਟਲੀ ਪਤਾ ਹੁੰਦਾ ਉਹ ਕਿੱਥੇ ਕਿੱਥੇ ਗਿਆ ਤੇ ਸਾਨੂੰ ਦੱਸਦਾ ਹੀ ਨਹੀਂ ਗਾ ਵੀ ਉੱਥੇ ਗਿਆ ਪਰ ਸਾਨੂੰ ਪਤਾ ਵੀ ਉੱਥੇ ਗਿਆ ਉੱਥੇ ਉਹਦੀ ਕਾਰ ਡੇਢ ਘੰਟਾ ਖੜੀ ਰਹੀ ਆ ਸਾਨੂੰ ਪਤਾ ਵੀ ਫਲਾਨੀ ਜਗ੍ਹਾ 'ਤੇ ਖੜੀ ਰਹੀ ਆ ਅਤੇ ਮੈਂ ਕਿਹਾ ਵੀ ਤੁਸੀਂ ਐਕਚੁਅਲੀ ਫਾਲੋ ਕਰਦੇ ਹੋ ਆਪਣੇ ਬੱਚੇ ਤੁਹਾਡੇ ਕੋਲ ਇੰਨਾ ਟਾਈਮ ਹੈਗਾ ਬੱਚੇ ਨੂੰ ਫਾਲੋ ਕਰਦਾ ਕਹਿੰਦੇ ਅਸੀਂ ਉਹਨੂੰ ਗਲਤ ਕੰਮਾਂ ਤੋਂ ਬਚਾਉਣੇ ਆ ਮੈਂ ਕਿਹਾ ਉਹ ਤਾਂ ਜਾਈ ਜਾਂਦਾ ਤੁਸੀਂ ਬਚਾ ਕਿੱਥੇ ਲਿਆ ਕਹਿੰਦੇ ਅਸੀਂ ਡਰਦੇ ਵੀ ਹਾਂ ਵੀ ਉਹਨੂੰ ਕਿਤੇ ਪਤਾ ਨਾ ਲੱਗ ਜੇ ਹੁਣ ਆਹ ਕੋਈ ਰਿਲੇਸ਼ਨਸ਼ਿਪ ਥੋੜ੍ਹੀ ਬਣਾ ਰਿਹਾ ਬੱਚੇ ਨਾਲ ਆਪਾਂ ਕਿਉਂ ਨਹੀਂ ਉਹਨੂੰ ਓਪਨਲੀ ਗੱਲ ਕਰਦੇ ਵੀ ਪੁੱਤ ਜੇ ਆਹ ਚੀਜ਼ਾਂ ਐਕਸੈਪਟੇਬਲ ਆ ਆਹ ਚੀਜ਼ਾਂ ਨਹੀਂ ਐਕਸੈਪਟੇਬਲ ਹੋਇਆ ਜੇ ਤੇਰੀ ਏਜ ਨਹੀਂ ਹੋਈ ਜਦੋਂ ਤੇਰੀ ਏਜ ਹੋ ਗਈ ਤੂੰ ਜਾ ਸਕਦਾ ਪਰ ਆਹ ਚੀਜ਼ਾਂ ਦੇ ਵਿੱਚ ਲਿਮਿਟ ਰੱਖਣੀ ਆ ਅਤੇ ਉਹਨੂੰ ਛੋਟੇ ਹੁੰਦੇ ਨੂੰ ਸਿਖਾਉਣਾ ਸ਼ੁਰੂ ਕਰੋ ਤਾਂ ਹੀ ਉਹ ਲਿਮਿਟ ਪਕੜੂਗਾ ਸਹੀ ਗੱਲ ਹੈ ਇੱਕ ਜਿਹੜੀ ਤੁਸੀਂ ਕਹੀ ਨਾ ਕਿ ਰਿਲੇਸ਼ਨਸ਼ਿਪ ਦੇ ਵਿੱਚ ਚਾਹੇ ਉਹ ਟੀਨਸ ਹੀ ਹੈ ਇੱਕ ਦੂਸਰੇ ਦੇ ਨਾਲ ਇੰਟੀਮੇਟ ਹੋ ਰਹੇ ਰਿਲੇਸ਼ਨਸ਼ਿਪ ਆਉਣਾ ਚਾਹ ਰਹੇ ਆ ਇਮੋਸ਼ਨਲ ਇਨਵੈਸਟਮੈਂਟ ਹੈ ਉਸ ਰਿਲੇਸ਼ਨ ਨੂੰ ਟਾਈਮ ਦੇਣਾ ਪੈਣਾ ਔਰ ਉੱਥੇ ਤਾਂ ਬੱਚੇ ਹਲੇ ਪੜ੍ਹਾਈ ਵਾਲੇ ਪਾਸੇ ਧਿਆਨ ਰੱਖਣਾ ਹਲੇ ਯੂਨੀਵਰਸਿਟੀਆਂ 'ਚ ਜਾਣਾ ਆ ਕਾਬਲ ਬਣਨਾ ਫਿਰ ਕਮਾਈਆਂ ਕਰਨੀਆਂ ਫਿਰ ਤੁਸੀਂ ਇੱਕ ਦੂਸਰੇ ਵੱਲ ਜ਼ਿਆਦਾ ਧਿਆਨ ਦੇ ਸਕਦੇ ਹਾਂ ਇਹ ਵੀ ਤਾਂ ਦੱਸਣਾ ਜ਼ਰੂਰੀ ਹੈ ਪਰ ਉਹਦੇ ਵਾਸਤੇ ਆਪਾਂ ਨੂੰ ਬੈਠ ਕੇ ਜਾਣੀ ਬਹੁਤੀ ਵਾਰੀ ਅਕਸਰ ਜਿਹੜੇ ਮੇਰੇ ਕੋਲ ਪੇਰੈਂਟਸ ਕਾਉਂਸਲਿੰਗ ਲੈਣ ਲਈ ਆਉਂਦੇ ਆ ਉਹਨਾਂ ਨੂੰ ਜਦੋਂ ਮੈਂ ਪੁੱਛਦਾ ਵੀ ਤੁਸੀਂ ਕਿੰਨੀ ਵਾਰੀ ਹਫ਼ਤੇ 'ਚ ਆਪਣੇ ਬੱਚਿਆਂ ਨਾਲ ਬਹਿੰਦੇ ਹੋ ਉਹ ਕਹਿੰਦੇ ਜੀ ਤਾਂ ਵਹਿੰਦੇ ਹੀ ਨਹੀਂ ਸਾਡੇ ਕੋਲ ਮੈਂ ਕਿਹਾ ਫਿਰ ਤੁਹਾਨੂੰ ਲੱਗਦਾ ਨਹੀਂ ਗਾ ਵੀ ਕੁਛ ਚੀਜ਼ ਤਾਂ ਆਪਾਂ ਨੂੰ ਚੇਂਜ ਕਰਨੀ ਪਊਗੀ ਨਾ ਵੀ ਤੁਹਾਡੇ ਕੋਲ ਕਿਉਂ ਨਹੀਂ ਬਹਿੰਦੇ ਓਕੇ ਮੈਂ ਉਹਨਾਂ ਨੂੰ ਕਹਿੰਦਾ ਵੀ ਓਕੇ ਮੈਂ ਤੁਹਾਡਾ ਬੱਚਾ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਮੇਰੇ ਨਾਲ ਗੱਲ ਕੀ ਕਰੋਗੇ ਮੈਂ ਕਿਹਾ ਗੱਲ ਕਰਕੇ ਦਿਖਾਓ ਉਹ ਕਹਿੰਦੇ ਵੀ ਤੇਰਾ ਸਕੂਲ ਕਿਵੇਂ ਸੀ ਮੈਂ ਕਿਹਾ ਜੀ ਮੇਰਾ ਸਕੂਲ ਠੀਕ ਸੀ ਅੱਛਾ ਫਿਰ ਤੇਰੇ ਤੂੰ ਕਿਹੜੇ ਸਬਜੈਕਟ ਲਿੱਤੇ ਆ ਉਹ ਕਹਿੰਦਾ ਡੈਡ ਤੁਸੀਂ ਤਾਂ ਮੈਨੂੰ ਪਿੱਕ ਕਰਕੇ ਦਿੱਤੇ ਆ ਅੱਛਾ ਐਂ ਕਰਕੇ ਜਾਣੀ 3 ਸਵਾਲ ਉਹਨਾਂ ਨੇ ਹੋਰ ਪੁੱਛ ਲਏ ਅੱਛਾ ਫਿਰ ਤੁਸੀਂ ਤੂੰ ਸਵੇਰੇ ਉੱਠਿਆ ਕਰ ਹਾਂਜੀ ਉਹ ਕਹਿੰਦਾ ਠੀਕ ਆ ਮੈਂ ਉੱਠਿਆ ਕਰੂੰਗਾ ਤੇ ਤੂੰ ਆਪਣਾ ਹੋਮਵਰਕ ਕਰ ਲਿਆ ਕਰ ਕਹਿੰਦੇ ਜੀ ਠੀਕ ਆ ਮੈਂ ਹੋਮਵਰਕ ਕਰ ਲੂੰਗਾ ਮੈਂ ਕਿਹਾ ਹੁਣ
ਮੈਂ ਕਿਹਾ ਇਹ ਕੋਈ ਡਿਸਕਸ਼ਨ ਥੋੜ੍ਹੀ ਹੈ, ਤਾਂ ਕੁਐਸਚਨ ਆਨਸਰ ਆ, ਇਹ ਕਿੱਥੋਂ ਦੀ ਡਿਸਕਸ਼ਨ ਆ। ਮੈਂ ਕਿਹਾ ਡਿਸਕਸ਼ਨ ਤਾਂ ਹੋਵੇ ਜੇ ਤੁਹਾਡਾ ਬੱਚਾ ਆ ਕੇ ਕਵੇ ਡੈਡ ਡੈਡ ਮੈਂ ਸੋਚਿਆ ਵੀ ਮੈਂ ਕੰਪਿਊਟਰ ਦੀ ਇੰਜੀਨੀਅਰਿੰਗ ਕਰ ਲਾਂ, ਕਿਉਂਕਿ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਨੌਕਰੀਆਂ ਨਿਕਲਣਗੀਆਂ। ਮੈਂ ਕਿਹਾ ਹੁਣ ਗੱਲ ਬਣੀ ਆ। ਕਹਿੰਦਾ ਇਹ ਤਾਂ ਸਾਡਾ ਬੱਚਾ ਕਰਦਾ ਹੀ ਨਹੀਂ ਸਾਡੇ ਨਾਲ। ਮੈਂ ਕਿਹਾ ਫਿਰ ਕਿਉਂ ਨਹੀਂ ਕਰਦਾ? ਫਿਰ ਮੈਂ ਕਿਹਾ ਤੁਸੀਂ ਇਹਦਾ ਮਤਲਬ ਮਾਹੌਲ ਕ੍ਰੀਏਟ ਨਹੀਂ ਕੀਤਾ, ਫਾਊਂਡੇਸ਼ਨ ਸੈੱਟ ਨਹੀਂ ਕੀਤੀ ਉਹ ਵਾਲੀ। ਮੈਂ ਕਿਹਾ ਤੁਸੀਂ ਫਿਰ ਕ੍ਰੀਏਟ ਨਹੀਂ ਕੀਤਾ। ਅੱਛਾ ਇੱਕ ਤੁਸੀਂ ਗੁਰਪ੍ਰੀਤ ਜੀ ਹੋਰ ਦੇਖੋ, ਆਪਣੇ ਕਹਿੰਦੇ ਆ ਵੀ ਸਾਨੂੰ ਤਾਂ ਪਤਾ ਨਹੀਂ, ਅਸੀਂ ਤਾਂ ਤੈਨੂੰ ਪੁੱਤ ਕਹਿੰਦੇ ਹਾਂ ਤੂੰ ਕੋਈ ਵੀ ਇੰਜੀਨੀਅਰਿੰਗ ਦੀ ਡਿਗਰੀ ਕਰ ਲਾ ਜਾਂ ਕੋਈ ਵੀ ਤੂੰ ਯੂਨੀਵਰਸਿਟੀ ਦੀ ਡਿਗਰੀ ਕਰ ਲਾ। ਇਹਦਾ ਮਤਲਬ ਕਿ ਕੋਈ ਯੂਨੀਵਰਸਿਟੀ ਦੀ ਡਿਗਰੀ ਕਿਵੇਂ ਕਰ ਲੂਗਾ? ਜਿਹੜਾ ਉਹਦਾ 'ਚ ਇੰਟਰਸਟ ਆ ਉਹਦੇ 'ਚ ਹੀ ਕਰੂ। ਉਹ ਤਾਂ ਕਹਿੰਦੇ ਸਾਨੂੰ ਪਤਾ ਨਹੀਂ ਕੀ ਆ ਇੰਟਰਸਟ ਉਹਦਾ। ਤੇ ਫਿਰ ਮੈਂ ਕਿਹਾ ਤੁਸੀਂ ਕਹੀ ਕਿਉਂ ਜਾਂਦੇ ਹੋ ਵੀ ਕੋਈ ਵੀ ਯੂਨੀਵਰਸਿਟੀ ਦੀ ਡਿਗਰੀ ਕਰੋ? ਤੁਸੀਂ ਕਹੋ ਵੀ ਚੱਲ ਪੁੱਤ ਆਪਾਂ ਕਿਸੇ ਮਾਹਰ ਕੋਲੇ ਚੱਲੀਏ, ਉਹ ਤੇਰਾ ਪਰਸਨੈਲਿਟੀ ਟੈਸਟ ਕਰੂਗਾ, ਐਪਟੀਚਿਊਡ ਕਿਹਦੇ 'ਚ ਆ, ਉਹਦੇ ਤੋਂ ਆਪਾਂ ਅੰਦਾਜ਼ਾ ਲਗਾ ਕੇ ਉਹਦੇ ਨਾਲ ਮਿਲ ਕੇ ਆਪਾਂ ਇੱਕ ਸਿਲੈਕਟ ਕਰਦੇ ਹਾਂ ਵੀ ਤੇਰੀ ਪਰਸਨੈਲਿਟੀ ਨੂੰ ਬੈਸਟ ਡਿਗਰੀ ਕਿਹੜੀ ਸੂਟ ਕਰਦੀ ਆ। ਰਾਈਟ, ਯਾ, ਫਿਰ ਤਾਂ ਗੱਲ ਬਣੀ ਨਾ। ਦੈਟਸ ਹਾਊ ਯੂ ਇਨੀਸ਼ੀਏਟ ਡਿਸਕਸ਼ਨਸ, ਐਂਡ ਉਹਦੇ 'ਚ ਟੂ ਵੇ ਪ੍ਰੋਸੈਸ ਹੁੰਦਾ, ਵਨ ਵੇ ਨਹੀਂ। ਔਨ ਦਿਸ ਨੋਟ, ਅੱਜ ਦੀ ਵੈਲਿਊਏਬਲ ਇਨਫੋਰਮੇਸ਼ਨ ਲਈ ਬਲਦੇਵ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਆਈ ਐਮ ਹਾਈਲੀ ਥੈਂਕਫੁਲ ਐਂਡ ਗ੍ਰੇਟਫੁਲ। ਥੈਂਕ ਯੂ ਸੋ ਮਚ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।